ਟੈਨਸ਼ਨ ਨਾ ਲਓ, ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਆਪ ਜੀ ਦਾ ਅਕਾਲ ਚੈਨਲ ਤੇ। ਤੇ ਅੱਜ ਇੱਕ ਤੁਹਾਡੇ ਸਾਹਮਣੇ ਇੱਕ ਬ੍ਰੇਕਿੰਗ ਨਿਊਜ਼ ਜਿਹੜੀ ਆਪਾਂ ਲੈ ਕੇ ਆਏ ਹੋਏ ਆ। ਤੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਜਿਹੜੀ ਹੈ ਇੱਕ ਵੀਡੀਓ ਜਿਹੜੀ ਇੱਕ ਆਡੀਓ ਜਿਹੜੀ ਵਾਇਰਲ ਹੋ ਰਹੀ ਹੈਗੀ ਆ, ਜਿਸ ਦੇ ਵਿੱਚ ਜੋ ਕਿ ਹਸਪਤਾਲ ਦੇ ਅੰਦਰ ਦੀ ਜਿਹੜੀ ਆਡੀਓ ਲੱਗਦੀ ਹੈਗੀ ਆ, ਔਰ ਉਸ ਦੇ ਵਿੱਚ ਜਿਹੜਾ ਹੈ ਭਾਈ ਨਿਰਮਲ ਸਿੰਘ ਖਾਲਸਾ ਜੋ ਕਿ ਚੜ੍ਹਾਈ ਕਰ ਗਏ ਸਨ, ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੇ ਬਾਰੇ ਜਿਹੜੀ ਗੱਲਬਾਤ ਹੋਈ ਹੈਗੀ ਆ, ਤੇ ਉਸੇ ਆਡੀਓ ਬਾਰੇ ਆਪਾਂ ਉਹਨਾਂ ਦੇ ਹੀ ਸਪੁੱਤਰ ਜੋ ਕਿ ਅਮਰੀਕਾ ਦੇ ਵਿੱਚ ਨੇ ਭਾਈ ਮਸਕੀਨ ਸਿੰਘ ਜੀ, ਉਹ ਸਾਡੇ ਨਾਲ ਲਾਈਨ ਤੇ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ। ਫਤਿਹ ਦੀ ਸਾਂਝ ਪਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਸ ਤੋਂ ਪਤਾ ਲੱਗਦਾ ਹੈ ਕਿ ਉਹ ਹਸਪੀਟਲ ਦੇ ਅੰਦਰ ਦੀ ਆਡੀਓ ਹੈ। ਕੀ ਜਾਣਕਾਰੀ ਹੈ ਤੁਹਾਡੇ ਕੋਲ ਉਸ ਦੇ ਬਾਰੇ ਜਾਂ ਇਸ ਇੰਸੀਡੈਂਟ ਬਾਰੇ, ਤੁਹਾਨੂੰ ਕੁਛ ਪਤਾ ਲੱਗਿਆ? ਬੜਾ ਧੰਨਵਾਦ ਤੁਸੀਂ ਮੈਨੂੰ ਲੈਣ ਤੇ ਲਿਆ ਸਭ ਤੋਂ ਪਹਿਲਾਂ। ਤੇ ਭਾਜੀ ਉਹ ਆਡੀਓ ਮੇਰੇ ਕੋਲ ਪਹਿਲਾਂ ਵੀ ਸੀ, ਅਸੀਂ ਸੁਣੀ ਹੋਈ ਸੀ ਆਡੀਓ ਉਹ, ਤੇ ਅਸੀਂ ਬੜਾ ਮਿੰਤ ਤਰਲਾ ਕੀਤਾ ਸੀ ਉੱਥੇ ਡਾਕਟਰਾਂ ਦਾ ਕਿ ਤੁਸੀਂ ਪਲੀਜ਼ ਮੇਰੇ ਪਿਤਾ ਜੀ ਨੂੰ ਬਚਾ ਲਓ, ਮੈਂ ਵੀ ਉੱਥੋਂ ਭੋਪਾ ਰਹੇ ਡਾਕਟਰ ਹੈਗੇ ਨੇ ਜਿਹੜੇ ਉਸ ਹੋਸਪਿਟਲ ਦੇ ਕੋਈ ਵੱਡੇ ਨੇ, ਮੈਨੂੰ ਉਹਨਾਂ ਦੀ ਪੋਜੀਸ਼ਨ ਨੀ ਪਤਾ ਬਈ ਕੀ ਸਾਰੀ ਉੱਥੋਂ ਉਹਨਾਂ ਦਾ ਹੋਲਡ ਹੈ। ਜੀ ਜੀ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਸਰ ਜੀ ਤੁਸੀਂ ਪੈਸਿਆਂ ਦਾ ਕੋਈ ਮਸਲਾ, ਤੁਸੀਂ ਪੈਸੇ ਜਿੰਨੇ ਮਰਜ਼ੀ ਲੈ ਲਓ, ਜੋ ਮਰਜ਼ੀ ਕਰ ਲਓ, ਪਰ ਮੇਰੇ ਪਿਤਾ ਜੀ ਨੂੰ ਬਚਾ ਲਓ। ਏਦਾਂ ਨਾ ਸੋਚਿਓ ਵੀ ਉਹਨਾਂ ਨੂੰ ਕੋਈ ਗੱਲ ਬਾਤ ਆ, ਕੋਈ ਗੱਲ ਨੀ, ਦੁਨੀਆਂ ਦੇ ਵਿੱਚ ਬਿਮਾਰ ਲੋਕ ਵੀ ਹੁੰਦੇ, ਪਰ ਤੁਸੀਂ ਉਹਨਾਂ ਦੇ ਦਿਲੋਂ, ਮੈਨੂੰ ਪਤਾ ਨਾ ਭਾਜੀ ਇੰਡੀਆ ਦੇ ਵਿੱਚ ਕੀ ਹਾਲਾਤ ਨੇ, ਸਾਨੂੰ ਪਹਿਲਾਂ ਹੀ ਡਰ ਸੀ ਵੀ ਇਹ ਡਾਕਟਰਾਂ ਨੇ ਕੋਈ ਨਾ ਕੋਈ ਖਿਲਾਰਾ ਗੇਮ ਪਾਉਣੀ ਆ। ਜੀ ਜੀ, ਇਹ ਮੈਨੂੰ ਦੱਸਦੇ ਕੁਛ ਹੋਰ ਸੀਗੇ, ਕਹਿੰਦਾ ਮੈਨੂੰ ਵਾਹਿਗੁਰੂ ਵਾਹਿਗੁਰੂ ਬਸ ਘਰੇ ਬਿੱਠੇ ਕਰੀ ਜਾਓ, ਭੋਪਾ ਰਾਏ ਅੰਕਲ ਕਹਿੰਦੇ। ਮੇਰੇ ਕੋਲ ਉਹਨਾਂ ਦਾ ਵਟਸਐਪ ਨੰਬਰ ਆ, ਮੇਰੀ ਸਿੱਧੀ ਗੱਲ ਹੁੰਦੀ ਸੀ ਉਹਨਾਂ ਨਾਲ, ਇੱਥੋਂ ਬਾਰ ਬਾਰ ਮੈਂ ਉਹਨਾਂ ਨੂੰ ਰਿਕੁਐਸਟ ਕਰ ਰਿਹਾ ਸੀ। ਜੀ ਜੀ, ਤੇ ਭਾਈ ਸਾਹਿਬ ਜੀ ਜਿਹੜੀ ਆਡੀਓ ਦੇ ਵਿੱਚ ਆਵਾਜ਼ ਹੈਗੀ ਆ, ਉਹ ਤੁਹਾਡੀ ਗੱਲਬਾਤ ਹੁੰਦੀ ਹੈ, ਕਿਸ ਫੈਮਿਲੀ ਮੈਂਬਰ ਨਾਲ ਜਿਹੜੀ ਗੱਲਬਾਤ ਹੁੰਦੀ ਹੈ? ਵੱਡੇ ਵੀਰ ਜੀ ਅਮਤੇਸ਼ਵਰ ਉਹਨਾਂ ਨਾਲ ਗੱਲ ਹੋ ਰਹੀ ਆ, ਉਹ ਉੱਥੇ ਆ, ਵੱਡਾ ਵੀਰ ਮੇਰਾ ਅਮਤੇਸ਼ਵਰ ਸਿੰਘ। ਜੀ ਜੀ, ਉਹਦੇ ਨਾਲ ਗੱਲ ਹੁੰਦੀ ਆ, ਉਹ ਕਹਿੰਦਾ ਵਾ ਡੈਡੀ ਜੀ ਦਾ ਕੋਈ ਅੰਦਰੋਂ ਬੰਦਾ ਗੱਲ ਕਰਾਉਂਦਾ, ਮੈਨੂੰ ਇਹ ਨੀ ਪਤਾ ਕੌਣ ਆ ਬੰਦਾ, ਉਹ ਕੋਈ ਭਲਾ ਬੰਦਾ ਜਿਹਨੇ ਗੱਲ ਕਰਾਤੀ ਸਾਡੀ। ਹਾਂਜੀ, ਤੇ ਉਹ ਮੇਰੇ ਪਿਤਾ ਜੀ ਇਹ ਕਹਿ ਰਹੇ ਆ ਕਿ ਤੁਸੀਂ ਕਿੱਥੇ ਹੋ ਸਾਰੇ। ਪਹਿਲੀ ਤਾਂ ਗੱਲ ਜਦੋਂ ਉਹਨਾਂ ਨੂੰ ਇਹ ਪਤਾ ਲਿਆ ਲੱਗ ਗਿਆ ਕਿ ਸਾਰਿਆਂ ਨੂੰ ਚੱਕ ਕੇ ਲਿਆ। ਜੀ ਜੀ ਜੀ, ਭਾਜੀ ਦਿਮਾਗ ਦੇ ਉੱਤੇ ਬੜਾ ਪ੍ਰੈਸ਼ਰ ਪੈ ਜਾਂਦਾ, ਤੁਸੀਂ ਸਮਝ ਸਕਦੇ ਹੋ। ਬਿਲਕੁਲ ਜੀ ਬਿਲਕੁਲ। ਸੈਕਿੰਡ ਭਾਜੀ, ਡਾਕਟਰ ਤੁਹਾਡੇ ਕੋਲ ਨਾ ਆਉਣ, ਹਨਾ। ਹਾਂਜੀ, ਤੁਹਾਨੂੰ ਪਤਾ ਜਿਸ ਕੰਟਰੀਆਂ ਚ ਅਸੀਂ ਰਹਿੰਦੇ ਆ, ਇੱਥੇ ਅਮਰੀਕਾ ਦੇ ਵਿੱਚ ਭਾਜੀ ਕਿੰਨੇ ਡਾਕਟਰ ਨੇ ਜਿਹੜੇ ਮਰ ਰਹੇ ਨੇ। ਜੀ ਬਿਲਕੁਲ। ਫਿਰ ਵੀ ਉਹ ਉਹਨਾਂ ਲੋਕਾਂ ਨੇ ਆਪਣਾ ਹੌਸਲਾ ਨੀ ਹਾਰਿਆ, ਉਹ ਪੂਰਾ ਟ੍ਰੀਟ ਕਰ ਰਹੇ ਨੇ ਜਿਹੜੇ ਲੋਕ ਹੋਸਪਿਟਲ ਦਾਖਲ ਏ ਇਸ ਪੀਰੀਅਡ ਦੇ। ਜੀ ਜੀ, ਠੀਕ ਹੈ। ਤੇ ਇਹਨਾਂ ਨੂੰ ਇਹ ਨੀ ਪਤਾ ਲੱਗਾ ਭਾਜੀ ਵੀ ਇੱਕ ਭਾਈ ਨਿਰਮਲ ਸਿੰਘ ਖਾਲਸਾ ਜਿਨ੍ਹਾਂ ਨੇ ਸਾਰੀ ਉਮਰ ਦਰਬਾਰ ਸਾਹਿਬ ਸੇਵਾ ਕੀਤੀ, ਤੁਹਾਡੇ ਪਤਾ ਨੀ ਕਿੰਨਿਆਂ ਦੇ ਘਰਾਂ ਚ ਜਾ ਕੇ ਕੀਰਤਨ ਕੀਤਾ, ਨਾਲੇ ਭੋਪਾ ਰਾਏ ਤਾਂ ਆਪ ਬੜਾ ਵੱਡਾ ਡੈਡੀ ਨੂੰ ਪਸੰਦ ਕਰਦਾ ਸੀ, ਡਾਕਟਰ ਸੀ ਉਹ। ਲੇਕਿਨ ਭਾਜੀ ਮੈਨੂੰ ਨੀ ਪਤਾ ਗੱਲ ਕੀ ਹੋਈ, ਜਦੋਂ ਰਿਕਾਰਡਿੰਗ ਆਈ ਆ ਬਾਹਰ, ਜੀ ਜੀ ਜੀ, ਉੱਥੇ ਰਿਕੁਐਸਟ ਕਰ ਰਹੇ ਨੇ ਕਿ ਬੇਟਾ ਜੀ 4 ਘੰਟੇ ਹੋ ਗਏ ਨੇ, 4 ਘੰਟੇ ਕੋਈ ਦੇਖਣ ਹੀ ਨਹੀਂ ਆਇਆ, ਮੈਨੂੰ ਵੇਖਣ ਨਹੀਂ ਆਇਆ 4 ਘੰਟੇ। ਭਾਜੀ ਆਪਾਂ ਇੱਕ ਟਾਈਮ ਦੇਖਿਆ ਨੀ ਹੋਵੇਗਾ ਉਹਨਾਂ ਨੇ 4 ਘੰਟੇ, ਲੇਕਿਨ 4 ਘੰਟੇ ਮੇ ਵੀ ਉਹ 8 ਘੰਟੇ ਵੀ ਹੋ ਸਕਦੇ। ਜੀ ਵੀਰ ਜੀ ਜੀ, ਬਿਲਕੁਲ ਬਿਲਕੁਲ। ਕਿਸੇ ਇਨਸਾਨ ਕੋਲ ਟਾਈਮ ਨਾ ਹੋਵੇ, ਘੜੀ ਨਾ ਲੱਗੀ ਹੋਵੇ ਹੋਸਪਿਟਲ ਚ, ਮੈਨੂੰ ਨੀ ਲੱਗਦਾ ਲੱਗੀ ਹੁੰਦੀ ਕਿਸੇ ਹੋਸਪਿਟਲਾਂ ਚ, ਉਹ ਵੀ ਸਰਕਾਰੀਆਂ ਚ ਤਾਂ ਕੰਧਾਂ ਤੇ, ਉੱਥੇ ਉਹਨਾਂ ਨੂੰ 8 ਘੰਟੇ ਵੀ ਹੋ ਸਕਦੇ ਨਹੀਂ ਦੇਖਿਆ ਹੋਇਆ। ਜੀ ਜੀ ਜੀ, ਉਹ ਕਹਿ ਰਹੇ ਨੇ ਤਰਲਾ ਲੈ ਰਹੇ ਨੇ ਵੀ ਮੈਨੂੰ ਦੇਖਣ ਨੀ ਆ ਰਿਹਾ, ਕੋਈ ਹੋਰ ਹੋਸਪਿਟਲ ਚ ਲੈ ਜਾਓ। ਗੁਰਦੇਵ ਸਿੰਘ ਸਹੋਤਾ ਜੀ ਹੈਗੇ ਨੇ ਰਿਟਾਇਰਡ DGP, ਹਨਾ, ਉਹਨਾਂ ਦਾ ਨਾਂ ਲੈ ਰਹੇ ਨੇ ਕਿ ਉਹਨਾਂ ਨੂੰ ਰਿਕੁਐਸਟ ਕਰੋ ਕੋਈ ਹੋਰ ਪ੍ਰੋਵਿਜ਼ਨ ਲੈ ਕੇ ਮੈਨੂੰ ਹੋਰ ਹੋਸਪਿਟਲ ਲੈ ਜਾਓ। ਜਦੋਂ ਭਾਜੀ ਬੰਦਾ ਬਿਮਾਰ ਹੁੰਦਾ ਨਾ, ਚਾਹੇ ਜੋ ਮਰਜ਼ੀ, ਡਰ ਤਾਂ ਜਾਂਦਾ ਹੀ ਆ। ਬਿਲਕੁਲ ਜੀ ਬਿਲਕੁਲ ਜੀ, ਉਹਨਾਂ ਦੀ ਆਵਾਜ਼ ਚ ਵੀ ਆਪਾਂ ਦੇਖਿਆ ਜਾ ਸਕਦਾ। ਹੁਣ ਜੇ ਕੱਲਾ ਮਰੀਜ਼ ਛੱਡ ਦਿੱਤਾ ਜਾਵੇ ਜਾਂ ਕੱਲੇ ਭਾਈ ਸਾਹਿਬ ਨੂੰ ਛੱਡਿਆ ਗਿਆ, ਤੇ ਤੁਹਾਨੂੰ ਕੀ ਲੱਗਦਾ, ਤੁਸੀਂ ਜਿੱਦਾਂ ਪਰਿਵਾਰ ਦੇ ਨਾਲ ਇਨਵੋਲਵ ਹੋਏਗੇ, ਤੁਹਾਨੂੰ ਅੰਦਰ ਦੀਆਂ ਗੱਲਾਂ ਦਾ ਪਤਾ ਹੈ, ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਨਾਲ ਕੀ ਹੋਇਆ ਕੀ ਹੋਵੇਗਾ? ਭਾਜੀ ਜਿੱਥੋਂ ਤੱਕ ਮੈਨੂੰ ਲੱਗਦਾ ਨਾ, ਜੋ ਮੈਨੂੰ ਮੈਂ ਡਾਕਟਰ ਨਹੀਂ ਗਾ, ਲੇਕਿਨ ਅਸੀਂ ਫੀਲਿੰਗ ਲੈ ਸਕਦੇ ਤੇ ਸਮਝ ਸਕਦੇ ਹੋਇਆ ਕੀ ਹੋਏਗਾ। ਪਹਿਲਾਂ ਜਦੋਂ ਸਭ ਤੋਂ ਪਹਿਲੀ ਰਿਪੋਰਟ ਆਈ ਹੈ ਪਿਤਾ ਜੀ ਦੀ, ਮੇਰੇ ਡੈਡੀ ਜੀ ਦੀ, ਉਹਨਾਂ ਨੇ ਮੈਨੂੰ, ਉਹਨਾਂ ਨੇ ਸਾਨੂੰ ਉਸ ਤੋਂ ਫੋਨ ਕੀਤਾ ਵੀ ਨੈਗੇਟਿਵ ਆ, ਮਤਲਬ ਉਹਨਾਂ ਨੂੰ ਕੋਰੋਨਾ ਵਾਇਰਸ ਨਹੀਂ ਸੀਗਾ। ਨਹੀਂ ਗਾ, 100% ਕਹਿੰਦੇ ਨਹੀਂ ਗਾ, ਕਹਿੰਦੇ ਸਿਰਫ ਇਹ ਕਿਹੜੇ ਦਿਨ ਦੀ ਗੱਲ ਹੈਗੀ ਆ? ਇਹ ਆਈ ਬਲੀਵ ਭਾਜੀ ਜਿੱਦਣੇ ਉਹ ਗੁਰੂ ਨਾਨਕ ਦੇਵ ਗੁਰੂ ਰਾਮਦਾਸ ਹੋਸਪਿਟਲ ਤੋਂ 29 ਤਰੀਕ ਨੂੰ ਆਈ ਥਿੰਕ ਹੋਏ ਸ਼ਿਫਟ ਹੋ, ਹਨਾ, ਉੱਥੇ। ਜੀ ਜੀ, ਤੇ
30 ਤਰੀਕ ਨੂੰ ਰਿਪੋਰਟ ਆ ਗਈ ਆ ਦੁਪਹਿਰ ਨੂੰ ਵੀ ਉਹਨਾਂ ਨੂੰ ਕੋਰੋਨਾ ਵਾਇਰਸ ਨਹੀਂ ਗਾ। ਅਸੀਂ ਬੜੀ ਖੁਸ਼ੀ ਮਨਾਈ ਭਾਜੀ, ਤੁਸੀਂ ਦੇਖ ਨੀ ਸਕਦੇ ਅਸੀਂ ਕਿੰਨਾ ਖੁਸ਼ ਹੋਏ ਪਰਿਵਾਰਾਂ ਚ। ਅਸੀਂ ਸਾਹ ਸੌਖਾ ਹੋਇਆ ਪਿਆ ਸੀ, ਔਖਾ ਹੀ ਸੌਖਾ ਲਿਆ ਸੀ, ਇੰਨਾ ਜ਼ਿਆਦਾ ਮਹਾਰਾਜ ਕੀ ਅਰਦਾਸਾਂ ਕੀਤੀਆਂ ਸੀ, ਮਹਾਰਾਜ ਸੱਚੇ ਪਾਤਸ਼ਾਹ ਕੋਰੋਨਾ ਡੇਟ ਚ ਕਿਵੇਂ ਹੋ ਸਕਦਾ ਜੀ। ਜਦੋਂ ਕਹਿੰਦੇ ਵੀ ਹੈ ਨੀ ਗਾ ਤੇ ਚੈਸਟ ਬਲੋਕ ਆ, ਸਿਰਫ ਉਹਨਾਂ ਨੂੰ ਸਾਹ ਲੈਣ ਚ ਦਿੱਕਤ ਤਾਂ ਆ ਰਹੀ ਹੈ ਕਿਉਂਕਿ ਉਹਨਾਂ ਦੀ ਬੋਡੀ ਦੇ ਅੰਦਰ ਮੁਕਸ ਵਗੈਰਾ ਉੱਥੇ ਚੈਸਟ ਚ ਕਾਫੀ ਜੰਮ ਗਿਆ ਜੀ ਜੀ। ਉਹਨਾਂ ਨੂੰ ਥੋੜੀ ਜੀ ਜਿੱਦਾਂ ਮੁਕਸ ਦੇ ਕਾਰਨ ਸਾਹ ਪ੍ਰੋਬਲਮ ਤਾਂ ਆ ਰਹੀ ਸੀ। ਕੋਈ ਦੇਖੋ ਸ਼੍ਰੀ ਗੁਰੂ ਰਾਮਦਾਸ ਹੋਸਪਿਟਲ ਸਭ ਤੋਂ ਪਹਿਲੀ ਗੱਲ 21-22 ਤਰੀਕ ਨੂੰ ਗਏ, ਠੀਕ ਹੈ 21-22 ਫਰਵਰੀ ਨੂੰ ਆਪਾਂ ਕਹੀਏ ਮਾਰਚ ਨੂੰ ਜੀ ਜੀ ਗਏ ਨੇ, ਤੁਰ ਕੇ ਗਏ, ਗੱਡੀ ਚ ਬਹਿ ਕੇ ਗਏ ਨੇ ਸਾਰਾ ਕੁਛ। ਉਹ ਕਹਿੰਦੇ ਥੋੜੇ ਥੋੜੇ ਬਿਮਾਰ ਸੀ, ਉਹ ਕਹਿੰਦੇ ਵੀ ਤੁਹਾਨੂੰ ਕੋਈ ਲੱਛਣ ਨੀ ਗੇ, ਇਹਦੇ ਤੇ ਲੱਛਣ ਹੀ ਹੈ ਨੀ ਤੁਹਾਨੂੰ, ਠੀਕ ਹੈ ਚਲੋ ਮੈਂ ਘਰੇ ਜਾ ਕੇ। ਉਹਨਾਂ ਨੇ ਇੱਕ ਮੈਡੀਸਨ ਦੇ ਦਿੱਤੀ ਡੈਡੀ ਨੂੰ ਜੀ, ਉਹ ਮੈਡੀਸਨ ਕਾਰਨ ਭਾਜੀ ਉਹਨਾਂ ਨੂੰ ਇੰਨੀ ਵਾਰ ਯੂਰਨ ਆਇਆ, ਇੰਨੀ ਵਾਰ ਆ ਗਿਆ, ਉਹ ਇੰਨੇ ਕਮਜ਼ੋਰ ਹੋ ਗਏ ਉਸ ਨਾਈਟ ਦੇ ਵਿੱਚ ਜੀ, ਸੁਬਾਹ ਉੱਠ ਕੇ ਡਿੱਗ ਗਏ ਜੀ ਜੀ, ਸੁਬਾਹ ਉੱਠ ਕੇ ਡਿੱਗ ਗਏ, ਉਹਨਾਂ ਦੇ ਸੱਟ ਵੀ ਲੱਗੇ। ਓਕੇ ਵਾਹਿਗੁਰੂ ਜੀ। ਤੇ ਉਹ ਡੈਡੀ ਜੀ ਕਹਿੰਦੇ ਕਿ ਮੈਨੂੰ ਇਹੋ ਜਿਹਾ ਕੀ ਦਿੱਤਾ। ਫਿਰ ਅਸੀਂ ਫੋਨ ਇੱਧਰ ਉੱਧਰ ਕੀਤਾ, ਜਿੰਨੇ ਵੀ ਡਾਕਟਰਾਂ ਨੂੰ ਕਰੇ ਉਹ ਕਹਿੰਦੇ ਡੀਹਾਈਡਰੇਟ ਬੋਡੀ ਹੋ ਗਈ ਜ਼ਿਆਦਾ ਬਾਥਰੂਮ ਹੋਣ ਨਾਲ ਜੀ, ਤੁਸੀਂ ਕੋਈ ਨੀ ਦਵਾਈ ਲਓ, ਸਭ ਕੁਛ ਲਓ, ਠੀਕ ਹੋ ਜਾਓਗੇ। ਸਾਰੇ ਡਾਕਟਰਾਂ ਨੂੰ ਫਿਰ ਚੈੱਕ ਕਰਾਇਆ, ਉਹ ਕਹਿੰਦੇ ਜਿਹੜੇ ਵੀ ਵੱਡੇ ਤੋਂ ਵੱਡੇ PGI ਡਾਕਟਰ ਦੇ ਨਾਲ ਵੀ, ਦਿੱਲੀ ਵੀ ਗੱਲ ਹੋਈ, ਵੱਡੇ ਵੱਡੇ ਹੋਸਪਿਟਲਾਂ ਤੱਕ, ਉਹ ਕਹਿੰਦੇ ਤੁਹਾਨੂੰ ਕੋਰੋਨਾ ਹੈ ਹੀ ਨੀ, ਲੱਛਣ ਹੀ ਹੈ ਨੀ। ਉਹ ਕਹਿੰਦੇ ਖੰਘ ਕੇ ਦਿਖਾਓ, ਖੰਘ ਵੀ ਡਿਫਰੈਂਟ ਆ, ਗਲਾ ਤੁਹਾਡਾ ਨੀ ਦਰਦ ਹੋ ਰਿਹਾ, ਨਵੰਬਰ ਚ ਤੁਹਾਨੂੰ ਮਿਲ ਕੇ ਗਏ ਨੇ, ਨਵੰਬਰ ਤੋਂ ਬਾਅਦ ਚ ਜਿਹੜਾ ਹੈਗਾ ਭਾਈ ਸਾਹਿਬ ਗਏ ਹੀ ਨਹੀਂ ਹੈਗੇ, ਆਪਾਂ ਕਿਤੇ ਗਏ ਜਨਰੇਟ ਹੁੰਦਾ ਹੈ। ਤੇ ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਕਿ ਜਿਹੜੇ ਭਾਈ ਨਿਰਮਲ ਸਿੰਘ ਖਾਲਸਾ ਨੇ ਉਹ ਇਹਨਾਂ ਕੋਲੋਂ ਨਵੰਬਰ ਦੇ ਵਿੱਚ ਗਏ ਨੇ, ਉਹ ਨਵੰਬਰ ਤੋਂ ਬਾਅਦ ਚੋਂ ਕਿਤੇ ਨਹੀਂ ਗਏ, ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਬੁਕਿੰਗ ਸਨ ਜੀ। ਭਾਈ ਸਾਹਿਬ ਜੀ ਤੁਸੀਂ ਦੱਸ ਰਹੇ ਸੀ ਭਾਜੀ, ਜੇ ਆਪਾਂ ਕੋਰੋਨਾ ਦੀ ਗੱਲ ਕਰੀਏ, ਕਿਤੇ ਜਾ ਕੇ ਫਰਵਰੀ ਦੇ ਐਂਡ ਤੇ ਜਾ ਕੇ ਇੰਡੀਆ ਚ ਲੱਛਣ ਥੋੜੇ ਜਿਹੇ ਸ਼ੁਰੂ ਹੋਏ ਨੇ ਜੀ 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 ਜੀ। ਫਰਵਰੀ ਚ ਲੋਕੀ ਮਾਰਚ ਵਿੱਚ ਉਹਨਾਂ ਨੇ ਲੋਕਡਾਊਨ ਦਾ, ਸੋਰੀ ਫਰਵਰੀ ਦੇ ਐਂਡ ਤੇ ਉਹਨਾਂ ਨੇ ਲੋਕਡਾਊਨ ਦਾ ਕੀਤਾ ਹੋਇਆ ਜੀ। ਇੱਥੇ ਅਮਰੀਕਾ ਚ ਵੀ ਸਾਡੇ ਬਾਅਦ ਵਿੱਚ ਹੋਇਆ, ਤੇ ਜਨਵਰੀ ਬਿਲਕੁਲ ਬਿਲਕੁਲ ਬਹੁਤ ਅੱਗੇ ਜਾ ਕੇ ਹੋਇਆ ਜੀ, ਕੇਸ ਹੁੰਦਾ ਸੀ ਰੈਗੂਲਰ ਕੰਮਾਂ ਤੇ ਜਾ ਰਹੇ ਆ, ਸਾਨੂੰ ਕਦੇ ਵੀ ਕਿਸੇ ਨੇ ਕਿਹਾ, ਲੇਕਿਨ ਅਸੀਂ ਵੀ ਹੁਣ ਘਰੇ ਲੋਕਡਾਊਨ ਆ। ਤੇ ਆਪਾਂ ਜੇ ਕਹੀਏ ਤੇ ਫਿਰ ਉਸ ਤੋਂ ਬਾਅਦ ਚ ਜਿੱਦਾਂ ਤੁਸੀਂ ਕਿਹਾ ਕਿ ਗੁਰੂ ਰਾਮਦਾਸ ਹਸਪੀਟਲ ਅੰਮ੍ਰਿਤਸਰ ਜਦੋਂ ਗਏ ਨੇ, ਤੇ 22 ਮਾਰਚ ਤੋਂ ਬਾਅਦ ਚੋਂ ਜਿਹੜਾ ਹੈਗਾ ਫਿਰ ਉਸ ਤੋਂ ਬਾਅਦ ਚੋਂ ਕੀ ਹੋਇਆ, ਥੋੜਾ ਜਿਹਾ ਉਹ ਵੀ ਘਟਨਾ ਦੱਸੋ ਆਪਾਂ। ਮੈਂ ਤੁਹਾਨੂੰ ਦੱਸਦਾ ਭਾਜੀ ਕੀ ਹੋਇਆ, ਜਿੱਥੋਂ ਤੱਕ ਮੈਂ ਇੱਕ ਇੱਕ ਮਿੰਟ ਦੀ ਖਬਰ ਲੈਂਦਾ ਸੀ, ਮੇਰੀ ਤਾਂ ਖੁਦ ਡੈਡੀ ਜੀ ਨਾਲ ਭਾਜੀ ਬੜੀ ਘੱਟ ਐਂਡ ਤੇ ਗੱਲ ਹੋਈ ਆ, ਕਿਉਂਕਿ ਘਬਰਾ ਬੜੇ ਗਏ। ਇਹ ਬਿਮਾਰੀ ਭਾਜੀ ਇਸ ਤਰ੍ਹਾਂ ਦੀ ਆ ਕਿ ਜੇ ਤੁਸੀਂ ਵੈਸੇ ਹੀ ਕਹਿ ਦਿੰਦੇ ਨਾ ਤੈਨੂੰ ਕੋਰੋਨਾ, ਬੰਦਾ ਵੈਸੇ ਹੀ ਘਬਰਾ ਜਾਂਦਾ। ਬਿਲਕੁਲ ਜੀ ਬਿਲਕੁਲ, ਡਰਾ ਬੜਾ ਦਿੱਤਾ, ਜਦਕਿ ਇਹਦਾ ਲਾ ਇਹ ਨੀ ਹੈਗਾ ਕਿ 70% ਲੋਕ ਮਰਦੇ ਗਏ ਨੇ, ਚ ਬਚਣ ਵੀ ਗਏ ਜੀ। ਬਿਲਕੁਲ ਬਿਲਕੁਲ, ਜੇ ਤੁਹਾਡਾ ਪ੍ਰੋਪਰ ਇਲਾਜ ਹੋ ਤਾਂ ਅਮਰੀਕਾ ਚ ਤੁਸੀਂ ਦੇਖੋ ਜੇ ਲੋਕ ਮਰ ਰਹੇ ਨੇ, ਬਚਣ ਦੀ ਵੀ ਤਾਕਤ ਹੈਗੀ ਹੈ ਨਾ। ਜੀ ਜੀ ਬਿਲਕੁਲ। ਭਾਜੀ ਜਦੋਂ ਹੋਸਪਿਟਲ ਗਏ ਨੇ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਘਰੇ ਚਲ ਜਾਓ, ਤੁਹਾਨੂੰ ਕੋਈ ਲੱਛਣ ਨਹੀਂ, ਜਸਟ ਰੈਸਟ ਕਰੋ, ਤੁਸੀਂ ਆਰਾਮ ਕਰੋ ਡੈਡੀ ਜੀ। ਤੇ ਥੋੜੇ ਦਿਨਾਂ ਬਾਅਦ ਜਾ ਕੇ ਉੱਠ ਕੇ ਖੁਦ ਰੋਟੀ ਖਾਧੀ, ਸੂਪ ਬਣਾ ਕੇ ਦਿੱਤਾ ਮੇਰੀ ਸਿਸਟਰ ਨੇ, ਪੂਰਾ ਵਧੀਆ ਗੱਲਬਾਤ ਕਰ ਰਹੇ, ਤੇ ਮੇਰੇ ਨਾਲ ਵੀ ਗੱਲ ਕੀਤੀ। ਮੈਂ ਕਿਹਾ ਡੈਡੀ ਜੀ ਤੁਸੀਂ ਐਵੇਂ ਘਬਰਾ ਜਾਂਦੇ ਆ, ਤੁਸੀਂ ਕਿਉਂ ਡਰਨ ਡਿਆ, ਤੁਹਾਡੇ ਜੀ ਤੋਂ ਪ੍ਰੋਬਲਮ ਵੀ ਨੀ, ਜਿਸ ਤਰ੍ਹਾਂ ਇੰਟਰਨੈਟ ਤੇ ਬਾਰ ਬਾਰ ਦੱਸ ਰਹੇ ਆ ਤੁਹਾਨੂੰ ਲੰਬਾ ਲੰਬਾ ਸਾਹ ਆਉਂਦਾ ਵਾ, ਤੁਹਾਨੂੰ ਤਰੇਲੀਆਂ ਆਉਂਦੀਆਂ, ਤੁਹਾਨੂੰ ਇੱਦਾਂ ਸਾਰੇ ਸਿਮਟਮਸ। ਮੈਂ ਕਿਹਾ ਤੁਹਾਨੂੰ ਇੱਕ ਵੀ ਇੱਕ ਚੀਜ਼ ਅੱਛੀ ਕਿ ਛਾਤੀ ਰੁਕੀ ਆ ਜੀ, ਤੇ ਵੈਸੇ ਵੀ ਤੁਹਾਨੂੰ ਇੱਕ ਦੋ ਵਾਰ ਪਹਿਲਾਂ ਵੀ ਖੰਘ ਲੱਗ ਜਾਂਦੀ, ਤੁਹਾਨੂੰ ਪਤਾ ਥਾਂ ਥਾਂ ਟਰੈਵਲ ਕਰਦੇ ਨੇ, ਮਾੜਾ ਮੋਟਾ ਛੱਤ ਚ ਇਨਫੈਕਸ਼ਨ ਨੂੰ ਜਿਹੜੇ ਸਿੰਗਰ ਹੁੰਦੇ ਇਹਨਾਂ ਦੀ ਥੋੜੀ ਬਹੁਤੀ ਆ ਜਾਂਦੀ ਕਿਉਂਕਿ ਖਾਣ ਦਾ। ਬਿਲਕੁਲ ਬਿਲਕੁਲ। ਤੇ ਫਿਰ ਡੈਡੀ ਜੀ ਨੂੰ ਮੈਂ ਕਿਹਾ ਡੈਡੀ ਜੀ, ਫਿਰ ਇਹਨਾਂ ਨੇ ਨਾ ਕੀ ਹੋਇਆ 29 ਤਰੀਕ ਪਤਾ ਨੀ 28 ਤਰੀਕ ਨਾ, ਥੋੜੀ ਜਿਹੀ ਮੈਂ ਡੇਟ ਚ ਕਨਫਿਊਜ਼ ਸੀ, ਇਹਨਾਂ ਨੂੰ ਬੜਾ ਜ਼ਿਆਦਾ ਇੱਕੋ ਦਮ ਖਾਂਸੀ ਆਈ ਤੇ ਬੁਖਾਰ ਨਾਲ ਚੜ ਗਿਆ, ਤੇ ਅਸੀਂ ਡਰਦੇ ਲੈ ਗਏ ਹੋਸਪਿਟਲ ਗੁਰੂ ਰਾਮਦਾਸ, ਅਸੀਂ ਉੱਥੇ ਜਾ ਕੇ ਦਾਖਲ ਕਰਤਾ। ਉਹ ਕਹਿੰਦੇ ਵੀ ਪਹਿਲਾਂ ਤਾਂ ਭਾਜੀ ਉਹ ਦਾਖਲ ਨਾ ਕਰ ਜੀ, ਰੂਪ ਸਿੰਘ ਕੋ ਫੋਨ ਕਰਾਇਆ, ਜਿਹੜੇ ਦਰਬਾਰ ਸਾਹਿਬ ਨੇ ਹੁਣ ਜੀ ਰੂਪ ਸਿੰਘ ਹੋਣਾ ਕੋ ਫੋਨ ਕਰਾਇਆ, ਗੁਰੂ ਰਾਮਦਾਸ ਹੋਸਪਿਟਲ ਗੁਰੂ ਰਾਮਦਾਸ ਦੀ ਕਿਰਤਨੀ ਨੇ ਉਹਨੇ ਦਾਖਲ ਕਰ ਲਿੱਤੀ ਆ। ਕੀ ਕਹਿੰਦੇ ਕਿ ਉਹਨਾਂ ਨੇ ਦਾਖਲ ਕਿਉਂ ਨੀ ਕੀਤਾ, ਕੀ ਕਹਿ ਕੇ ਮਨਾ ਕੀਤਾ ਉਹਨਾਂ ਨੇ? ਉਹ ਨਹੀਂ ਨਹੀਂ ਜੀ, ਇਹਨਾਂ ਨੂੰ ਕੁਛ ਨੀ ਹੈਗਾ ਜੀ, ਅਸੀਂ ਕਿਹਾ ਕੁਛ ਨੀ ਹੈਗਾ ਨੀ ਜੀ, ਮਤਲਬ ਠੀਕ ਨੇ, ਦਾਖਲ ਕਰੋ, ਇਲਾਜ ਕਰੋ, ਜੋ ਵੀ ਹੈਗਾ ਉਹ ਠੀਕ ਕਰੋ। ਜੀ 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 ਜੀ, ਜਦ ਕਰੋਨਾ ਨੀ ਹੈਗਾ ਤਾਂ ਕੁਛ ਤਾਂ ਹੈਗਾ ਨਾ, ਜਿਹੜੇ ਮੇਰੇ ਪਿਤਾ ਜੀ ਨੂੰ ਬੁਖਾਰ ਚੜ ਰਿਹਾ, ਖੰਘ ਲੱਗੀ, ਤੁਸੀਂ ਜਾ ਕੇ ਠੀਕ ਕਰੋ। ਜੀ 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 ਜੀ,
ਫਿਰ ਭਾਜੀ ਉਹਨਾਂ ਨੇ ਉੱਥੇ ਦਬਕੇ ਦੁਬਕੇ ਮਾਰੇ, ਜਿਹੜੇ ਨਾਲ ਮੁੰਡੇ ਸੀ ਉਹਨਾਂ ਨੇ ਰਾਓ ਰੂਪ ਸਿੰਘ ਕੋਲ ਕਾਲ ਕਰੋ, ਉੱਪਰੋਂ ਜਦੋਂ ਫੋਨ ਆਏ ਤੇ ਫਿਰ ਕਹਿੰਦੇ ਦਾਖਲ ਕਰ ਲੈਂਦੇ ਆ, ਕਹਿੰਦੇ ਅਗਲੇ ਕਹਿੰਦੇ ਤੁਹਾਨੂੰ ਕੋਈ ਸਿਮਟਮਸ ਨਹੀਂ, ਉੱਥੇ ਦੇ ਡਾਕਟਰਾਂ ਨੇ ਵੀ ਕਿਹਾ ਕਹਿੰਦੇ ਪਰ ਤੁਸੀਂ ਆਪਣਾ ਸ਼ੱਕ ਕਢਾਉਣ ਲਈ ਗੁਰੂ ਨਾਨਕ ਦੇਵ ਹੋਸਪਿਟਲ ਤੋਂ ਟੈਸਟ ਕਰਾ ਲਓ ਕਿਉਂਕਿ ਸਾਡੇ ਕੋਲ ਅਵੇਲੇਬਲ ਨਹੀਂ। ਜੀ 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 ਇਹ ਗੁਰੂ ਰਾਮ ਉੱਥੋਂ ਸ਼ਿਫਟ ਕਰਕੇ ਐਂਬੂਲੈਂਸ ਗੈਟਜ ਨੂੰ ਉੱਥੇ ਲੈ ਗਈ ਕਿਉਂਕਿ ਕਹਿੰਦੇ ਸ਼ਹਿਰ ਸਾਰਾ ਬੰਦ, ਅਸੀਂ ਬਾਏ ਰੋਡ ਨਹੀਂ ਜਾ ਸਕਦੇ, ਤੁਸੀਂ ਆਪਣੀ ਗੱਡੀ ਚ ਨਹੀਂ ਜਾ ਸਕਦੇ, ਤੁਹਾਨੂੰ ਸਪੈਸ਼ਲ ਸਰਵਿਸ ਦਵਾ। ਜੀ ਫਿਰ ਜਦੋਂ ਉਹ ਉੱਥੇ ਗਏ ਭਾਜੀ ਅਗਲੇ ਦਿਨ ਰਿਪੋਰਟ ਆਈ ਕਹਿੰਦੇ ਨੈਗੇਟਿਵ ਹੈ ਨਹੀਂ। ਇਹ ਕਿੰਨੀ ਤਰੀਕ ਦੀ ਗੱਲ ਹੈਗੀ ਆ ਵੀ ਜੀ? ਆਈ ਬਲੀਵ 30 ਤਰੀਕ ਦੀ ਗੱਲ, ਮਤਲਬ 30 ਮਾਰਚ ਤੱਕ ਭਾਈ ਸਾਹਿਬ ਨੂੰ ਕੋਰੋਨਾ ਦੇ ਕੋਈ ਲੱਛਣ ਨਹੀਂ ਹੈਗੇ। ਜੀ 30 31 ਨੂੰ ਵੀ ਨਹੀਂ ਸੀ, 31 ਨੂੰ ਵੀ ਕਹਿੰਦੇ ਕੋਈ ਨਹੀਂ। ਫਿਰ ਜਦੋਂ ਅਗਲੀ ਆਈ ਜਦੋਂ ਕਹਿੰਦੇ ਇਹਨਾਂ ਨੂੰ ਕੋਰੋਨਾ ਨਹੀਂਗਾ, ਜੀ ਫਿਰ ਇਹ ਕਹਿੰਦੇ ਗੁਰੂ ਨਾਨਕ ਦੇਵ ਹਸਪਤਾਲ ਅਸੀਂ ਨਾ ਇੱਕ ਹੋਰ ਰਿਪੋਰਟ ਦੀ ਵੇਟ ਕਰਦੇ ਹਾਂ। ਜੀ ਯਾਰ ਕੋਰੋਨਾ ਦੀ ਵੇਟ ਰਿਪੋਰਟ ਇੱਕ ਹੋ ਗਈ ਆ, ਮੈਂ ਬ੍ਰਦਰ ਆਪ ਨੂੰ ਫੋਨ ਕੀਤਾ, ਮੈਂ ਕਿਹਾ ਸਭ ਤੋਂ ਪਹਿਲਾਂ ਉਹਨਾਂ ਕੋਲ ਰਿਪੋਰਟ ਚੈੱਕ ਕਰੋ, ਕਹਿੰਦਾ ਉਹ ਦਿੰਦੇ ਨਹੀਂ ਪਏ। ਜੀ 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 ਹੈ ਮੈਂ ਤਾਂ ਰਿਪੋਰਟ ਚੈੱਕ ਕਰ, ਪਹਿਲਾਂ ਜਿਹੜੀ ਕੀਤੀ ਨੈਗੇਟਿਵ ਤੇ ਹੋਰ ਕਿਹੜੀ, ਫੇਰ ਸਾਡੇ ਭਾਜੀ ਸਾਹ ਸੁੱਕ ਗਏ ਸਾਰੇ। ਜੀ ਜੀ ਕਹਿੰਦੇ ਅਗਲੀ ਰਿਪੋਰਟ ਜਦੋਂ ਕਹਿੰਦੇ 3 ਵਜੇ ਆ ਜਾਣੀ ਹੈ, ਫਿਰ ਜੀ ਸਾਰੇ ਬੰਦਿਆਂ ਨੂੰ ਉੱਥੇ ਹੀ ਕਹਿੰਦੇ ਕਿਸੇ ਦੀ 4 ਵਜੇ ਆ ਜਾਣੀ, ਕਿਸੇ ਦੀ 3 ਵਜੇ ਆ ਜਾਣੀ, ਠੀਕ ਆ ਜੀ। ਅਗਲੀ ਰਿਪੋਰਟ ਰਹੀ ਕਿ ਕਾਹਦੀ ਆ, ਕਹਿੰਦੇ ਉਹ ਮਾੜੀ ਮੋਟੀ ਦੇਖਣਾ ਮੰਗਦੇ ਆ ਕਿ ਕਿਤਨਾ ਕਿਤੇ ਹੋਰ ਇਨਫੈਕਸ਼ਨ ਤੇ ਨੀ ਹੈਗੀ ਛਾਤੀ ਚ, ਕਾਹਦੀ ਆ ਉਹਦੇ ਚ ਨਾ ਲੱਛਣ ਹੋਣ ਫੇਰ ਕਰੋਨਾ ਹੋ ਸਕਦਾ। ਜੀ 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 ਕਿਹੜਾ ਇਲਾਜ ਹੋ ਗਿਆ ਸੀ, ਅਸੀਂ ਵੀ ਭਾਜੀ ਅਮਰੀਕਾ ਚ ਰਹਿੰਦੇ, ਸਾਨੂੰ ਵੀ ਪਤਾ ਇੱਦਾਂ ਥੋੜਾ ਹੁੰਦਾ ਹੋਵੇ ਲੱਛਣ 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 ਕਰਦੇ। ਜੀ ਵੀਰ ਜੀ ਐਵੇਂ ਕਰੋਨਾ ਬਣਾਈ ਜਾਓ ਜੀ। ਫਿਰ ਮੈਂ ਕੋਪਾ ਰਾਏ ਸਾਹਿਬ ਨਾਲ ਗੱਲ ਹੋਈ, ਮੈਂ ਉਹਨਾਂ ਨੂੰ ਬੜੀ ਰਿਕੁਐਸਟ ਕੀਤੀ, ਮੈਂ ਪੈਰਾਂ ਚ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਮੇਰੇ ਕੋਲ ਸਭ ਕੁਝ ਲੈ ਲਓ, ਮੇਰੇ ਪਿੱਤਰ ਨੂੰ ਠੀਕ ਕਰ ਦਿਓ। ਜੀ ਜੀ ਠੀਕ ਆ, ਤੇ ਕਹਿੰਦੇ ਬੇਟਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਮੈਂ ਖੁਦ ਬਗੈਰ ਗਲਵਸ ਤੋਂ ਉਹਨਾਂ ਨੂੰ ਚੈੱਕ ਕਰਕੇ, ਬਗੈਰ ਮਾਊਸ ਮਾਊਸ ਦਾ ਕੀ ਕਵਰ ਕਰੇ ਤੋਂ ਫੇਸ, ਹਨਾ। ਤੁਸੀਂ ਆਪ ਗਏ ਸੀਗੇ? ਸਾਹਮਣੇ ਹੋਇਆ ਤੁਹਾਨੂੰ ਇਹ ਸਾਰੀ ਚੀਜ਼ ਦਾ ਪਤਾ ਹੈਗਾ? ਸਾਹਮਣੇ ਹੋਇਆ ਜੀ, ਓਵਰ ਦਾ ਫੋਨ ਮੈਨੂੰ ਬਿਲਕੁਲ ਬਿਲਕੁਲ ਜੀ। ਫਿਰ ਭਾਜੀ ਕੀ ਹੋਇਆ, ਮੈਂ ਭਾਜੀ ਇਹ ਨੀ ਕਹਿੰਦਾ ਮੈਂ ਕਿਸੇ ਡਾਕਟਰ ਨੂੰ ਮਾੜਾ ਨੀ ਕਹਿੰਦਾ, ਮੈਂ ਦੁਨੀਆਂ ਚ ਮੇਰੇ ਡਾਕਟਰ ਸਾਨੂੰ ਬਚਾਉਂਦੇ ਵੀ ਨੇ। ਜੀ ਬਿਲਕੁਲ ਬਿਲਕੁਲ ਬਿਲਕੁਲ, ਜੇ ਤੁਹਾਨੂੰ ਲੱਗਦਾ ਸੀ, ਜੇ ਤੁਹਾਨੂੰ ਸਿਮਟਮ ਲੱਗਦੇ ਸੀ, ਤੁਸੀਂ ਇਲਾਜ ਸ਼ੁਰੂ ਤੋਂ ਕਿਉਂ ਨੀ ਸ਼ੁਰੂ ਕੀਤਾ? ਜੀ ਵੀ ਜੀ ਬਿਲਕੁਲ ਬਿਲਕੁਲ। ਫਿਰ ਮੈਂ ਪਰਾਏ ਸਾਹਿਬ ਨਾਲ ਗੱਲ ਕੀਤੀ, ਮੈਂ ਕਿਹਾ ਸਰ ਮੇਰੇ ਪਿਤਾ ਜੀ ਨੂੰ ਬਚਾ ਲਓ, ਮੈਂ ਤੇਰੇ ਚਰਨਾਂ ਚ ਬੇਨਤੀ ਕਰਦਾ, ਮੈਂ ਤੁਸੀਂ ਰੱਬ ਹੋ ਸਾਡੇ ਨਾ ਇਸ ਟਾਈਮ ਜੀ। ਤੇ ਕਹਿੰਦੇ ਉਹਨਾਂ ਨੂੰ ਕੋਈ ਲੱਛਣ ਨੀ ਬੇਟਾ, ਕੱਲ ਪਰਸੋਂ ਤੱਕ ਠੀਕ ਹੋ ਜਾਣਗੇ। ਇਹ ਡਾਕਟਰ ਸਾਹਿਬ ਨੇ ਉੱਥੇ ਕਿਹਾ ਹੈਗਾ? ਡਾਕਟਰ ਸਾਹਿਬ ਨੇ ਕਿਹਾ ਵੀ ਕੋਈ ਮਾਮੂਲੀ ਜੀ ਆ, ਮਾੜਾ ਮੋਟਾ ਕੋਰੋਨਾ ਦਾ ਕੋਈ ਚੱਕਰ ਨੀ, ਉਹ ਛਾਤੀ ਚ ਇਨਫੈਕਸ਼ਨ ਕਰਨ ਮਾੜੀ ਮੋਟੀ, ਕਹਿੰਦੇ ਵਿੱਚ ਮਿਲਰ ਜਿਹਾ ਉਹਦਾ ਸਾਨੂੰ ਫੈਕਟ ਲੱਗਾ, ਪਰ ਜ਼ਿਆਦਾ ਕੁਛ ਨਹੀਂ। ਜੀ ਜੀ ਜੀ, ਮਤਲਬ ਕਿ ਸਾਨੂੰ ਥੋੜਾ ਸ਼ੱਕ ਵਾ ਵੀ ਉਹ ਹੋ ਸਕਦਾ ਵਾ, ਪਰ ਉਸ ਨਾਲ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ। ਮੈਂ ਕਿਹਾ ਸਰ ਡੈਡੀ ਨੂੰ ਤਾਂ ਉੱਥੇ ਪਾਇਆ ਹੋਇਆ ਜੀ ਤੁਸੀਂ, ਨਰਸਾਂ ਉੱਥੇ ਭਾਜੀ ਇੰਨੀਆਂ ਗੰਦੀਆਂ ਨੇ ਭਾਜੀ, ਜਿੱਥੋਂ ਤੱਕ ਮੈਨੂੰ ਨਿਊਜ਼ ਮਿਲੀ ਆ, ਡੈਡੀ ਜੀ ਨੂੰ ਬੁੱਢਾ ਬੁੱਢਾ ਕਹਿੰਦੀ, ਬੁੱਢੇ ਨੇ ਬਾਰ ਬਾਰ ਸਾਡੇ ਕੋਲ ਚੀਜ਼ਾਂ ਮੰਗਦਾ, ਤੰਗ ਕਰਦਾ, ਇਸ਼ਾਰੇ ਮਾਰ ਮਾਰ ਕੁਛ ਭਾਈ ਚੀਜ਼ ਮੰਗ ਹੀ ਲੈਂਦੇ ਆ ਵੀ ਕਦੋਂ ਇਲਾਜ। ਮਤਲਬ ਜਿਹਨੂੰ ਡਾਕਟਰ ਨੂੰ ਆਪਾਂ ਰੱਬ ਦਾ ਰੂਪ ਕਹਿੰਦੇ ਹਾਂ, ਤੇ ਜਿਹੜੇ ਆਪਣੇ ਲਈ ਆਪਾਂ ਕਹੀ ਕਿ ਇੱਕ ਸਾਡੇ ਦਿਲ ਦੇ ਵਿੱਚ ਇੱਕ ਹੁੰਦਾ ਹੈਗਾ ਕਿ ਇਹ ਸਾਡੀ ਕੇਅਰ ਕਰਨਗੇ, ਕਿਉਂਕਿ ਅਸੀਂ ਵੀ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਹਾਂ, ਤੇ ਉੱਥੇ ਇਸ ਤਰੀਕੇ ਦੀ ਭਾਸ਼ਾ ਜਿਹੜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੀਰਤਨੀਆਂ ਲਈ ਵਰਤੀ ਗਈ। ਜੀ ਮੈਂ ਕੱਟ ਗੱਲ ਕੱਟ ਲੱਗਾ, ਮੈਂ ਕਹਿੰਦਾ ਇਹ ਵੀ ਨਰਸਾਂ ਮਰ ਗਈਆਂ, ਖੁਦ ਉਹਨਾਂ ਦੇ ਹਸਪਤਾਲਾਂ ਦੇ ਬਾਹਰ ਮਜ਼ਾਰੇ ਲੱਗ ਰਹੇ, ਨਰਸਾਂ ਕਹਿ ਰਹੀਆਂ ਡਾਕਟਰ ਚੈੱਕ ਨਹੀਂ ਕਰ, ਮੈਂ ਥੋੜਾ ਵੀਡੀਓ ਬਣਾਈ ਉਹ। ਸਹੀ ਗੱਲ ਹੈ, ਸਹੀ ਗੱਲ ਹੈ ਵੀਰ ਜੀ, ਬਿਲਕੁਲ ਉਹਦੇ ਮੈਂ ਆਪਣੇ ਕੋਲੋਂ ਤੇ ਨਹੀਂ ਕਹਿ ਰਿਹਾ, ਸਾਰੀ ਗੁੜੀਆਂ ਜਿਹੜੀ ਨਰਸਾਂ ਅੰਦਰ ਕੰਮ ਕਰਦੀਆਂ ਉਹਨਾਂ ਤੋਂ ਵੱਧ ਤੇ ਨਹੀਂ ਕੋਈ ਕਿਸੇ। ਫਿਰ ਫਿਰ ਆਪਾਂ ਜੇ ਆਪਾਂ ਕਹੀਏ ਕਿ ਤਕਰੀਬਨ ਤੁਸੀਂ ਕਹਿੰਦੇ 30 ਤਰੀਕ ਤੱਕ ਵੀ ਭਾਈ ਸਾਹਿਬ ਨੂੰ ਕੋਰੋਨਾ ਹੈ ਨਹੀਂ, 31 ਤੱਕ ਵੀ ਕੋਰੋਨਾ ਹੈ ਨਹੀਂ, ਤੇ ਫਿਰ ਕੀ ਮਤਲਬ ਅਚਾਨਕ ਕਿਸ ਤਰ੍ਹਾਂ ਕਿਹੜੀ ਰਿਪੋਰਟ ਪੋਜ਼ਿਟਿਵ ਆ ਗਈ? ਇਹਨਾਂ ਨੇ ਪਤਾ ਨੀ ਕੀ ਕਿਹਾ ਵੀ 4 ਡਾਕਟਰ ਹੋਰ ਸਪੈਸ਼ਲ ਆ ਗਏ, 4 ਡਾਕਟਰ ਸਪੈਸ਼ਲ, ਪਤਾ ਨੀ ਭਾਜੀ ਕਿਹੜੇ ਦਰਵਾਜੇ ਵੱਲ ਦੀ ਆਏ, ਸਾਨੂੰ ਦਿਖੇ ਨੀ, ਮੇਰੇ ਨਾ ਸਾਨੂੰ ਕਿਹਨੇ ਦੱਸਿਆ, ਸਾਨੂੰ ਬਾਹਰੋਂ ਨਿਊਜ਼ ਮਿਲ ਰਹੀ ਆ ਕਿ 4 ਡਾਕਟਰ ਹੋਰ ਆ ਕੇ ਇਲਾਜ ਕਰਨ ਲੱਗ ਪੈਣ। ਮੇਰੇ ਬ੍ਰਦਰ ਨੇ ਪੁੱਛਿਆ ਉੱਥੋਂ ਕਿਸੇ ਨੂੰ ਵੀ ਹੋਰ ਡਾਕਟਰ ਆਏ ਨੀ, ਉਹ ਕਹਿੰਦੇ ਵੀ ਹਾਂ ਆਏ ਆ, ਨਰਸਾਂ ਨੂੰ ਜਿੱਦਾਂ ਸਿਖਾਇਆ ਗਿਆ ਹੋਊਗਾ ਜਾਂ ਪਤਾ ਨੀ, ਆਏ ਸੀ ਹੁਣ ਸਾਰੇ ਹੀ, ਕਿਹੜੇ ਦੇਖੀ ਭਾਜੀ ਦੇਖੇ ਤੁਹਾਨੂੰ ਉੱਥੇ ਡਾਕਟਰ ਹੁਣ ਕਿਹੜਾ ਬਾਹਰੋਂ ਆਇਆ ਕਿਹੜਾ ਅੰਦਰੋਂ ਆਇਆ, ਸੇਮ ਐਡਰੈਸ ਆ, ਸਾਨੂੰ ਤੁਹਾਨੂੰ ਪਤਾ ਲੱਗ ਰਿਹਾ। ਫਿਰ ਉਸ ਤੋਂ ਬਾਅਦ ਚੋਂ ਕੀ ਹੋਇਆ ਜੀ? ਉਸ ਤੋਂ ਬਾਅਦ ਭਾਜੀ ਇਹ ਕਹਿੰਦੇ ਵੀ ਡਾਕਟਰ ਸਾਹਿਬ ਕਹਿੰਦੇ ਆ ਵੀ 2 ਦਿਨਾਂ ਚ ਇਹਨਾਂ ਨੂੰ ਠੀਕ ਕਰ ਦਾਂਗੇ ਛਾਤੀ ਚ ਇਨਫੈਕਸ਼ਨ, ਅਸੀਂ ਇਹਨਾਂ ਨੂੰ ਪਰਸੋਂ ਫੇਰ ਕਰੋਨਾ ਟੈਸਟ ਕਰਾਂਗੇ, 100% ਕੁਛ ਨੀ ਹੋਇਆ। ਜੀ ਜੀ ਜੀ, ਸਾਡੇ ਭਾਜੀ ਸਾਰੇ ਪਾਸੇ ਅਮਰੀਕਾ ਤੋਂ ਮੈਨੂੰ ਕਾਲਾਂ ਆ ਰਹੀਆਂ, ਇੰਡੀਆ ਤੋਂ ਆ ਰਹੀਆਂ, ਇੰਗਲੈਂਡ ਤੋਂ ਆ ਰਹੀਆਂ, ਪਾਗਲ ਹੋਏ ਪਏ, ਈਮੇਲ ਆ ਰਹੀਆਂ ਵੀ ਦੱਸੋ 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 ਕੀ ਹੋਇਆ ਹੈਗਾ, ਸਭ ਦੁਨੀਆਂ ਪ੍ਰੇ ਕਰ ਰਹੀ ਆ, ਸਭ ਦੁਨੀਆਂ ਪ੍ਰੇ ਕਰ ਰਹੀ। ਜੀ ਮੈਂ ਉਹਨਾਂ ਨੂੰ ਕਿਹਾ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਉਹ ਕਹਿੰਦੇ ਵੀ 2 ਦਿਨਾਂ ਤੱਕ ਹੀ ਐਕਟਿਵ ਕਰਕੇ ਘਰੇ ਭੇਜ ਦਾਂਗੇ ਭਾਜੀ। ਫਿਰ ਅੰਦਰੋਂ ਜਦੋਂ ਅੰਦਰ ਲੈ ਗਏ ਨੇ
ਕਿ ਮੈਨੂੰ ਤਾਂ ਕੋਈ ਚੈੱਕ ਹੀ ਨਹੀਂ ਕਰ ਰਿਹਾ। ਮੈਂ ਤਾਂ ਨਹੀਂ ਕਿਹਾ ਡੈਡ ਚਲੋ ਮਤਲਬ ਇਹ ਰਿਕਾਰਡਿੰਗ ਉਦੋਂ ਦੀ ਹੈਗੀ ਆ ਜੇ ਆਪਾਂ ਕਹੀਏ ਕਿ ਤਕਰੀਬਨ ਅੰਦਰ ਜਾਣ ਤੋਂ ਬਾਅਦ ਜਦੋਂ ਜਦੋਂ ਤੁਸੀਂ ਡਾਕਟਰ ਤੁਹਾਨੂੰ ਅੰਦਰ ਲੈ ਜਾਂਦੇ ਜਿੱਥੇ ਕੋਈ ਨਹੀਂ ਜੀ, ਇਹ ਕਿੰਨੀ ਤਰੀਕ ਦੀ ਗੱਲ ਹੋਏਗੀ ਵੀਰ ਜੀ? ਇਹ ਇੱਕ ਡੈਥ ਹੋਣ ਤੋਂ ਇੱਕ ਦਿਨ ਪਹਿਲਾਂ ਦੀ, ਡੈਥ ਹੋਣ ਤੋਂ ਇੱਕ ਦਿਨ ਪਹਿਲਾਂ ਦੀ, ਪਰਸੋਂ ਦੀ ਜੀ ਆਪਾਂ ਕਹੀਏ ਗੱਲ ਹੈਗੀ ਜੀ ਵੀਰ ਜੀ। ਭਾਜੀ ਤੁਸੀਂ ਦੇਖੋਗੇ ਰਿਕਾਰਡਿੰਗ ਚ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਭਰਾ ਨੂੰ ਕਹਿੰਦੇ ਪੁੱਤਰ ਆਪਣੇ ਮਸਕੀਨ ਪੁੱਤ ਦਾ ਧਿਆਨ ਰੱਖੀ, ਮੈਨੂੰ ਬਹੁਤ ਪਿਆਰ ਕਰਦੇ ਸੀ। ਜੀ ਵੀਰ ਜੀ ਬਿਲਕੁਲ, ਤੁਸੀਂ ਭਾਵੁਕ ਨਾ ਹੋਵੋ, ਸੰਗਤਾਂ ਜਿਹੜੀਆਂ ਨੇ ਤੁਹਾਡੇ ਨਾਲ ਨੇ, ਗੁਰੂ ਮਹਾਰਾਜ ਤੁਹਾਡੇ ਨਾਲ ਨੇ, ਤੁਸੀਂ ਭਾਵੁਕ ਨਾ ਹੋਵੋ। ਬਿਲਕੁਲ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਮੰਜ਼ਰ ਹੁੰਦਾ ਹੈ, ਜਦੋਂ ਇੱਕ ਪੁੱਤ ਆਪਣੇ ਪਿਓ ਬਾਰੇ ਗੱਲ ਕਰਦਾ ਜੋ ਨਹੀਂ ਹੈਗਾ ਦੁਨੀਆਂ ਦੇ ਵਿੱਚ, ਔਰ ਕਿਹੜੇ ਹਾਲਾਤਾਂ ਦੇ ਵਿੱਚ, ਕਿਹੜੀਆਂ ਸਾਜ਼ਿਸ਼ਾਂ ਦੇ ਤਹਿਤ ਜਿਹੜਾ ਇਹ ਕੰਮ ਹੋਇਆ ਹੈਗਾ, ਤੇ ਇਹਦੀ ਜਿਹੜੀ ਪੂਰੀ ਜਿਹੜੀ ਜਾਂਚ ਕਰਨੀ ਜ਼ਰੂਰ ਬਣਦੀ ਹੈ। ਅਸੀਂ ਬੇਨਤੀ ਕਰਾਂਗੇ ਜਿੰਨੇ ਵੀ ਲੋਕ ਹੈਗੇ ਜੀ, ਬਾਕੀ ਵੀ ਸਾਡੇ ਘਰਦਿਆਂ ਨੂੰ ਫੜਿਆ ਹੋਇਆ ਉੱਥੇ, ਥੋੜੇ ਜਿਹੇ ਰਿਲੀਜ਼ ਕਰਦੇ ਆ, ਥੋੜੇ ਜਿਹੇ ਰੱਖੇ ਨੇ। ਮੈਂ ਹੁਣ ਮੈਨੂੰ ਨੀ ਪਤਾ ਭਾਜੀ, ਦੇਖੋ ਜਦੋਂ ਪਹਿਲਾਂ ਕਹਿੰਦੇ ਸੀ ਰਿਪੋਰਟ ਨੈਗੇਟਿਵ ਆ, ਕਹਿੰਦੇ ਪੋਜ਼ਿਟਿਵ ਆ, ਠੀਕ ਆ ਜੀ ਜੀ। ਮਿੱਥੇ ਇੱਥੋਂ ਤੱਕ ਅਸੀਂ ਭਾਜੀ, ਮੈਨੂੰ ਬਹੁਤ ਬਹੁਤ ਵਧੀਆ ਸਕੂਲ ਜਵਾਨਾਂ ਨਾਲ ਗੱਲ ਹੋਈ, ਕਹਿੰਦੇ ਡਾਕਟਰ ਕੀ ਕਰਦੇ ਹੁੰਦੇ ਆ ਆਪਣੇ ਐਡਵਾਂਟੇਜ ਲੈਣ ਵਾਸਤੇ, ਕਹਿ ਦਿੰਦੇ ਹੁੰਦੇ ਵੀ ਇਹਨੂੰ ਉਹ ਸਿੰਪਟਮਸ ਹੈਗੇ ਆ, ਅਸੀਂ ਠੀਕ ਕਰਕੇ ਬਾਅਦ ਚੋਂ ਕਵਾਂਗੇ ਅਸੀਂ ਕਰੋਨਾ ਠੀਕ ਕਰ। ਮਤਲਬ ਇਸ ਤਰ੍ਹਾਂ ਵੀ ਹੁੰਦਾ ਹੈਗਾ, ਕੁਛ ਲੋਕ ਤੁਹਾਨੂੰ ਦੱਸਦੇ ਹੈਗੇ ਆ ਜੀ? ਹਾਂ, ਕੁਛ ਲੋਕ ਸਾਨੂੰ ਦੱਸ ਰਹੇ ਨੇ ਡਾਕਟਰ ਕੀ ਕਰਦੇ ਨੇ, ਕਹਿ ਦਿੰਦੇ ਆ ਹਾਂ ਅਸੀਂ ਐਵੇਂ ਕਹਿ ਦੋ ਹੈਗਾ ਵਾ, ਬਾਅਦ ਚੋਂ ਕਵਾਂਗੇ ਅਸੀਂ ਕਵਰ ਕਰਤਾ ਵੀ ਇਹ ਸਾਡੇ ਡਾਕਟਰਾਂ ਦੀ ਪੱਲੇ ਪੱਲੇ ਹੋ ਜੂਗੀ, ਅਸੀਂ ਐਡਵਾਂਟੇਜ ਘੱਟ ਖੱਟ ਵਾ। ਜੀ 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 ਭਾਜੀ, ਜਦੋਂ ਤੁਹਾਨੂੰ ਪ੍ਰੋਬਲਮ ਆ ਕੋਈ, ਜਦੋਂ ਤੁਹਾਨੂੰ ਡਾਕਟਰ ਹੀ ਨੀ ਲੱਗ ਕੇ ਦੇਖੂਗਾ, ਤੁਸੀਂ ਘੁੱਟਵਣਾ ਹੀ ਮਰ ਜਾਓਗੇ ਭਾਜੀ। ਜੀ ਜੀ ਬਿਲਕੁਲ ਬਿਲਕੁਲ, ਕਿੰਨੇ ਗੰਦੇ ਹੋਸਪਿਟਲ ਨੇ ਭਾਜੀ ਉੱਥੇ, ਉਹ ਤੁਸੀਂ ਹਿਸਾਬ ਨੀ ਲਾ ਸਕਦੇ। ਦੱਸ ਰਹੇ ਸੀ ਬ੍ਰਦਰ ਮੇਰਾ, ਜੀ ਜੀ, ਥਾਂ ਥਾਂ ਗੰਦ, ਕੋਈ ਪੋਚਾ ਨੀ ਲਾਉਂਦਾ, ਕੋਈ ਝਾੜੂ ਨੀ ਮਾਰਦਾ, ਐਟੀਟਿਊਡ ਇੰਨਾ ਉੱਥੇ ਦੂਰੋਂ ਕੱਲ ਆਮ ਬੰਦੇ ਨੂੰ ਵੀ ਟ੍ਰੀਟ ਰੋਂਗ ਕੀਤਾ ਜਾ ਰਿਹਾ, ਮਾੜਾ ਮੋਟਾ ਬੰਦਾ ਤਾਂ ਉੱਥੇ ਭਾਜੀ ਟ੍ਰੀਟ ਹੀ ਨੀ ਕਰਾ ਸਕਦਾ। ਜੀ ਬਿਲਕੁਲ ਬਿਲਕੁਲ ਬਿਲਕੁਲ, ਤੁਹਾਡੀ ਪਲ ਪਲ ਤੇ ਉਹਨਾਂ ਦੇ ਨਾਲ ਹੁੰਦੀ ਸੀ, ਤੇ ਅਸੀਂ ਮਤਲਬ ਇੱਕ ਤੁਹਾਡੇ ਕੋਲੋਂ ਮਤਲਬ ਤੁਹਾਡੀ ਜਾਣਕਾਰੀ ਤੁਹਾਨੂੰ ਪੂਰੀ, ਜੇ ਆਪਾਂ ਕਹੀਏ ਕਿ ਜਦੋਂ ਤੋਂ ਉਹਨਾਂ ਦਾ ਇਲਾਜ ਸ਼ੁਰੂ ਹੋਇਆ ਤੁਹਾਨੂੰ ਪੂਰੀ ਜਾਣਕਾਰੀ ਸੀ ਜੀ? ਸੁਣਦੇ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਹੁਣਾਂ ਨੂੰ ਕੋਰੋਨਾ ਵਾਇਰਸ ਸੀ? ਭਾਜੀ ਮੇਰੀ ਗੱਲ ਸੁਣੋ, ਇੱਕ ਦਿਨ ਪਹਿਲਾਂ ਕਹਿ ਰਹੇ ਨਹੀਂ, ਇੱਕ ਦਿਨ ਬਾਅਦ ਚ ਕਹਿ ਰਹੇ ਹੈ, ਹੁਣ ਮੈਂ ਕਿਹੜੀ ਗੱਲ ਤੇ ਬਲੀਵ ਕਰਾਂ? ਹੁਣ ਤੁਸੀਂ ਆਪ ਸਮਝਦਾਰ ਹੋ, ਕੋਰੋਨਾ ਕੋਈ ਕੋਰੋਨਾ ਕੋਈ ਥੋੜੀ ਚੀਜ਼ ਜਿਹੜੀ ਇੱਕ ਘੰਟੇ ਬਾਅਦ ਹੋ ਜਾਂਦੀ, ਨਹੀਂ ਇਸ ਤਰ੍ਹਾਂ ਦਾ ਵੀ ਜੀ ਕੁਛ ਨਹੀਂ ਹੁੰਦਾ ਹੈਗਾ, ਬਿਲਕੁਲ ਸਾਨੂੰ ਪਤਾ ਹੈਗਾ ਅਸੀਂ। ਤੇ ਦੂਸਰੀ ਗੱਲ ਭਾਜੀ, ਮੈਂ ਸ਼੍ਰੋਮਣੀ ਕਮੇਟੀ ਨੂੰ ਕਹੂੰਗਾ ਸਾਰੀ ਉਮਰ ਉਹਨਾਂ ਦੀ ਡੈਡੀ ਦੀ ਸੇਵਾ ਭਾਜੀ, ਇੰਨਾ ਨਾਮ ਕਮਾਇਆ, ਪਦਮ ਸ਼੍ਰੀ ਲੈ ਕੇ ਦਰਬਾਰ ਸਾਹਿਬ ਬਿਲਕੁਲ, ਜੇ ਆਪਾਂ ਕਿਸੇ ਸਾਰਿਆਂ ਦਾ ਨਾਮ ਉੱਚਾ ਕੀਤਾ, ਪੰਥ ਦਾ ਨਾਮ ਉੱਚਾ ਕੀਤਾ, ਬਿਲਕੁਲ ਜੇ ਆਪਾਂ ਕਹੀਏ ਕਿ ਇੱਥੇ ਕੱਲਾ ਸ਼੍ਰੋਮਣੀ ਕਮੇਟੀ ਨਹੀਂ ਆਪਾਂ ਕਹਿ ਸਕਦੇ, ਇੱਥੇ ਸ਼੍ਰੋਮਣੀ ਕਮੇਟੀ ਦੀ ਤੇ ਸੇਵਾ ਉਹਨਾਂ ਨੇ ਕੀਤੀ ਕੀਤੀ, ਉਸ ਤੋਂ ਬਾਅਦ ਜੇ ਆਪਾਂ ਕਹੀਏ ਕਿ ਦਰਬਾਰ ਸਾਹਿਬ ਚ ਕੀਰਤਨ ਕਰਦੇ ਰਹੇ, ਇੰਨੀਆਂ ਸੰਗਤਾਂ ਨੂੰ ਜਿਹੜਾ ਉਹਨਾਂ ਨੇ ਆਪਾਂ ਕਹੀਏ ਕੀਰਤਨ ਦੇ ਨਾਲ ਨਿਹਾਲ ਕੀਤਾ, ਤੰਤੀ ਸਾਜ਼ਾਂ ਦੇ ਉਸ ਆਪਾਂ ਕਹੀਏ ਕਿ ਰਾਗ ਨੂੰ ਬਚਾ ਕੇ ਰੱਖਿਆ, ਜਿਹੜਾ ਉਹਨਾਂ ਨੇ ਇੰਨਾ ਉਹਨਾਂ ਦਾ ਯੋਗਦਾਨ ਹੈਗਾ। ਪਰ ਇਸ ਤੋਂ ਬਾਅਦ ਗੱਲ ਉੱਥੇ ਆ ਜਾਂਦੀ ਕਿ ਉਹ ਪਦਮ ਸ਼੍ਰੀ ਸੰਧ ਇੱਥੇ ਸਰਕਾਰ ਦੀ ਜਿਹੜੀ ਕਹੀਏ ਕਿ ਬਣਦੀ ਹੈਗੀ ਜ਼ਿੰਮੇਵਾਰੀ, ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ, ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈਗੀ ਆ ਕਿ ਕਿਤੇ ਨਾ ਕਿਤੇ ਜਿਹੜਾ ਇਸ ਦੇ ਵਿੱਚ ਜ਼ਰੂਰ ਇਸ ਦੇ ਵਿੱਚ ਇੰਟਰਫੇਅਰ ਕਰਨ, ਔਰ ਭਾਈ ਸਾਹਿਬ ਦਾ ਜਿਹੜਾ ਬਾਕੀ ਦਾ ਪਰਿਵਾਰ ਹੈਗਾ ਜੋ ਇਸ ਟਾਈਮ ਆਈਸੋਲੇਸ਼ਨ ਦੇ ਵਿੱਚ ਆ, ਜਿਵੇਂ ਮੇਰੇ ਵੀਰ ਨੇ ਦੱਸਿਆ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਸ਼ੰਕਾ ਹੈਗਾ, ਡਰ ਹੈਗਾ ਕਿਤੇ ਉਹਨਾਂ ਦੇ ਨਾਲ ਕੁਛ ਇਹੋ ਜਿਹਾ ਮਾੜਾ ਨਾ ਹੋ ਜੇ, ਤੇ ਜ਼ਰੂਰ ਅਸੀਂ ਵੀ ਜੀ ਵੀਰ ਜੀ ਇਹੀ ਸਾਰੀ ਸੰਗਤਾਂ ਨੂੰ ਪ੍ਰਮੇਵ ਕਰਦਾ ਕਿ ਤੁਸੀਂ ਅਰਦਾਸ ਕਰੋ, ਤੇ ਜਾਂ ਅਸੀਂ ਵੀ ਵੱਡੇ ਵੱਡੇ ਬੰਦਿਆਂ ਨੂੰ ਅਪਰੋਚ ਕਰਨ ਦੀ ਟਰਾਈ ਕਰਦੇ ਹਾਂ, ਪਰ ਜਿਨ੍ਹਾਂ ਨਾਲ 20 ਤਰੀਕ ਹੁੰਦੀ ਨਾ ਉਹਨਾਂ ਨਾਲ ਹੋਰ ਗੱਲ ਹੁੰਦੀ, ਜਿਨ੍ਹਾਂ ਨੇ ਹੈਲਪ ਕਰਨੀ ਹੁੰਦੀ ਉਹ ਇੱਕ ਹੋਰ ਤਰੀਕੇ ਨਾਲ ਸੋਚਦੇ। ਜੀ ਬਿਲਕੁਲ ਬਿਲਕੁਲ, ਸਾਡੇ ਤੇ ਇਸ ਟਾਈਮ ਕੀ ਬੀਤ ਰਿਹਾ ਸਾਨੂੰ ਪਤਾ ਭਾਜੀ, ਲੋਕਾਂ ਲਈ ਕਈਆਂ ਲਈ ਮਜ਼ਾਕ ਵੀ ਹੋਊਗਾ, ਕਈਆਂ ਲਈ ਹਾਸਾ ਵੀ ਹੋਊਗਾ, ਪਰ ਮੈਂ ਗੱਲ ਕਰਦਾ ਕਿ ਮੈਂ ਅਸੀਂ ਬੜੇ ਹੀ ਇਸ ਟਾਈਮ ਗੰਭੀਰ ਸਿਚੁਏਸ਼ਨ ਚ ਆ, ਸਾਡੇ ਤੋਂ ਬੜਾ ਵੱਡਾ ਪਹਾੜ ਡਿੱਗਾ ਆ, ਬਹੁਤ ਵੱਡਾ। ਭਾਈ ਸਾਹਿਬ ਤੁਸੀਂ, ਅਸੀਂ ਸੰਗਤਾਂ ਵੱਲੋਂ ਤੁਹਾਨੂੰ ਜਿਹੜਾ ਹੈਗਾ ਆਸ਼ਵਾਸਨ ਦਿੰਦੇ ਹੈਗੇ ਆ ਕਿ ਸੰਗਤਾਂ ਜਿਹੜੀਆਂ ਦੁਨੀਆਂ ਭਰ ਦੀਆਂ ਪਿਆਰ ਕਰਨ ਵਾਲੀਆਂ ਜਿਹੜੀਆਂ ਸੰਗਤਾਂ ਨੇ ਉਹ ਭਾਈ ਨਿਰਮਲ ਸਿੰਘ ਖਾਲਸਾ ਹੋਣਾਂ ਦੇ ਪਰਿਵਾਰ ਦੇ ਨਾਲ ਨੇ, ਤੇ ਜਦੋਂ ਇਹ ਵੀਡੀਓ ਅਕਾਲ ਚੈਨਲ ਤੇ ਚੱਲੇਗੀ, ਜਦੋਂ ਦਰਸ਼ਕਾਂ ਨੂੰ ਪਤਾ ਲੱਗੇਗਾ, ਤੇ ਜ਼ਰੂਰ ਉਹ ਜਿਹੜਾ ਹੈ ਅੱਗੇ ਆਉਣਗੇ, ਕਿਉਂਕਿ ਭਾਈ ਸਾਹਿਬ ਦਾ ਬਾਕੀ ਦੇ ਪਰਿਵਾਰ ਨੂੰ ਬਚਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸ਼੍ਰੋਮਣੀ ਕਮੇਟੀ ਦੀ ਹੈ, ਪੰਜਾਬ ਸਰਕਾਰ ਦੀ ਹੈ, ਭਾਰਤ ਸਰਕਾਰ ਦੇ ਹੀ ਦੀ ਹੈ, ਜਿਨ੍ਹਾਂ ਵੱਲੋਂ ਉਹਨਾਂ ਨੂੰ ਪਦਮ ਸ਼੍ਰੀ ਦਿੱਤਾ ਗਿਆ ਸੀ। ਕਿਤੇ ਨਾ ਕਿਤੇ ਇੱਥੇ ਅਸੀਂ ਕਹਿੰਦੇ ਹਾਂ ਕਿ ਪ੍ਰੈਜ਼ੀਡੈਂਟ ਲੈਵਲ ਦੀ ਜਿਹੜੀ ਹੈਗੀ ਇੱਥੇ ਜਾਂਚ ਹੋਣੀ ਚਾਹੀਦੀ ਹੈਗੀ ਆ ਕਿ ਕਿਸ ਤਰੀਕੇ ਦੇ ਨਾਲ ਇਸ ਇੰਨੀ ਉੱਚੀ ਸੁੱਚੀ ਸ਼ਖਸੀਅਤ ਦੇ ਨਾਲ ਜਿਹੜਾ ਇਹ ਕਾਰਨਾਮਾ ਹੋਇਆ ਹੈਗਾ। ਤੁਸੀਂ ਅਖੀਰ ਤੇ ਵੀਰ ਜੀ ਕੀ ਕਹਿਣਾ ਚਾਹੋਗੇ, ਕੁਛ ਜੋੜਨਾ ਚਾਹੋਗੇ? ਭਾਜੀ ਮੈਂ ਬਸ ਇਹੀ ਬੇਨਤੀ ਕਰਨਾ ਮੰਗਦਾ ਕਿ
ਜਿੱਡੇ ਵੱਡੇ ਸ਼੍ਰੋਮਣੀ ਸ਼੍ਰੋਮਣੀ ਰਾਗੀ ਦੇ ਨਾਲ ਇਸ ਤਰ੍ਹਾਂ ਹੋ ਸਕਦਾ, ਉਹਨੂੰ ਇੱਕ ਦੋ ਗੱਜ ਜਗ੍ਹਾ ਨੀ ਮਿਲੀ ਪਹਿਲੀ ਵਾਰ ਚੋਂ, ਹਨਾ ਜੀ ਤੁਸੀਂ ਐਂਡ ਦੇਖਿਆ ਉਹਨਾਂ ਦਾ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਮਤਲਬ ਕਿ ਆਮ ਬੰਦੇ ਦੀ ਤਾਂ ਭਾਜੀ ਮੈਂ ਗਰੰਟੀ ਲੈ ਨੀ ਸਕਦਾ ਵੀ ਉਹਦੇ ਨਾਲ ਕੀ ਉੱਥੇ ਹੁੰਦਾ ਹੋਊਗਾ। ਜੀ ਬਿਲਕੁਲ ਬਿਲਕੁਲ, ਉੱਥੇ ਸਿਸਟਮ ਹੀ ਸਾਰੀ ਸਰਕਾਰ ਨੂੰ ਜਾਂ ਲੋਕ ਹੀ ਇਸ ਤਰੀਕੇ ਦੇ ਜੀ ਕਰਦੇ ਹੈਗੇ ਆ। ਇੰਡੀਆ ਦੀ ਸਾਰੀ ਸਰਕਾਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਪਲੀਜ਼ ਜੇ ਤੁਹਾਡੇ ਤੱਕ ਮੇਰੀ ਵੀਡੀਓ ਪਹੁੰਚਦੀ ਆ ਜੀ, ਤੁਸੀਂ ਸਾਰਿਆਂ ਦਾ ਧਿਆਨ ਰੱਖੋ। ਕਦੀ ਏਦਾਂ ਨਾ ਸੋਚੋ ਵੀ ਸਾਰੇ ਇੱਕ ਦੇ ਪਿਓ ਦੀ ਓਨੀ ਹੀ ਵੈਲਿਊ ਭਾਜੀ, ਚਾਹੇ ਉਹ ਮੇਰੇ ਡੈਡੀ ਚਾਹੇ ਕਿਸੇ ਦੇ ਡੈਡੀ ਆ, ਕੋਈ ਕਿਸੇ ਨੂੰ ਛੋੜਾ ਨਾ ਪਾਵੇ ਇਹ ਬਿਮਾਰੀ ਨਾਲ। ਬਿਲਕੁਲ ਵੀਰ ਜੀ, ਤੇ ਤੁਸੀਂ ਦਿਲ ਹੌਲਾ ਨਹੀਂ ਕਰਨਾ ਵੀਰ ਜੀ, ਜੇ ਕਿਤੇ ਇੱਕ ਪਿੰਡ ਵਾਲਿਆਂ ਨੇ ਜ਼ਮੀਨ ਦੇ ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾ ਤੇ ਦੂਜੇ ਬਹੁਤ ਸਾਰੇ ਵੀਰਾਂ ਦੇ ਜਿਹੜੇ ਮੈਸੇਜ ਨੇ, ਈਵਨ ਕਿ ਕੁਝ ਵੀਰਾਂ ਨੇ ਇਹ ਵੀ ਕਿਹਾ ਕਿ ਸਾਡੇ ਘਰਾਂ ਦੇ ਵਿੱਚ ਆ ਕੇ ਤੁਸੀਂ ਸਾਡੇ ਵਿਹੜੇ ਦੇ ਵਿੱਚ ਭਾਈ ਸਾਹਿਬ ਦਾ ਸੰਸਕਾਰ ਕਰੋ, ਸਾਨੂੰ ਕਿਸੇ ਕਰੋਨਾ ਦੀ ਕਿਸੇ ਬਿਮਾਰੀ ਦਾ ਕੋਈ ਕਹਿ ਲਓ ਕਿ ਡਰ ਨਹੀਂ ਹੈਗਾ, ਤੇ ਸਾਨੂੰ ਨੀਵੀਂ ਨਿਮਾਣਤਾ ਦੇ ਵਿੱਚ ਨਹੀਂ ਜਾਣਾ ਚਾਹੀਦਾ, ਚੜ੍ਹਦੀ ਕਲਾ ਦੇ ਵਿੱਚ ਸੌਣ ਜਿਹੜਾ ਹੈਗਾ ਰਹਿਣਾ ਚਾਹੀਦਾ। ਤੁਸੀਂ ਵੀ ਦਿਲ ਹੌਲਾ ਨਾ ਕਰੋ, ਦੁਨੀਆਂ ਭਰ ਦੀ ਜਿਹੜੀ ਸਿੱਖ ਸੰਗਤ ਹੈਗੀ ਆ ਉਹ ਤੁਹਾਡੇ ਨਾਲ ਹੈਗੀ ਆ, ਤੇ ਅਸੀਂ ਉਮੀਦ ਕਰਾਂਗੇ ਕਿ ਤੁਹਾਡੇ ਪਰਿਵਾਰ ਨੂੰ ਕਿਸੇ ਨੂੰ ਵੀ ਕੋਈ ਆਂਚ ਨਾ ਆਵੇ, ਕਿਸੇ ਦਾ ਵੀ ਕੋਈ ਵਾਲ ਵਿੰਗਾ ਨਾ ਹੋਵੇ, ਤੇ ਅਸੀਂ ਬੇਨਤੀ ਕਰਾਂਗੇ ਇੱਕ ਵਾਰੀ ਦੁਬਾਰਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਸ਼੍ਰੋਮਣੀ ਕਮੇਟੀ ਨੂੰ, ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ, ਭਾਰਤ ਸਰਕਾਰ ਨੂੰ, ਕਿ ਭਾਈ ਨਿਰਮਲ ਸਿੰਘ ਖਾਲਸਾ ਕੋਈ ਜੇ ਆਪਾਂ ਕਹੀਏ ਕਿ ਇੱਕ ਉੱਚੀ ਸੁੱਚੀ ਸ਼ਖਸੀਅਤ ਸੀਗੇ, ਤੇ ਉਹਨਾਂ ਦੇ ਬਾਰੇ ਜਿਹੜਾ ਹੈ ਜ਼ਰੂਰ ਜਿਹੜਾ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਇਸ ਟਾਈਮ ਖੜਨਾ ਚਾਹੀਦਾ, ਇਹ ਸੌਖੀ ਘੜੀ ਦੇ ਵਿੱਚ ਜਿਹੜਾ ਹੈ ਸਾਥ ਜ਼ਰੂਰ ਉਹਨਾਂ ਦਾ ਦੇਣਾ ਚਾਹੀਦਾ। ਆਪ ਜੀ ਦਾ ਭਾਈ ਸਾਹਿਬ ਜੀ ਅਸੀਂ ਧੰਨਵਾਦ ਕਰਦੇ ਹਾਂ, ਤੁਸੀਂ ਅਕਾਲ ਚੈਨਲ ਤੇ ਜੁੜੇ ਹੋਏ ਸੀ, ਤੇ ਜਿੱਦਾਂ ਹੀ ਤੁਸੀਂ ਸਰਦਾਰ ਅਮਰੀਕ ਸਿੰਘ ਕੂਨਰ ਜੋ ਕਿ MD ਨੇ ਅਕਾਲ ਚੈਨਲ ਦੇ, ਉਹਨਾਂ ਨੂੰ ਤੁਸੀਂ ਕਾਲ ਕੀਤੀ, ਸਾਰਾ ਆਪਣਾ ਜਿਹੜਾ ਦੁੱਖ ਜ਼ਾਹਿਰ ਕੀਤਾ, ਤੇ ਅਸੀਂ ਸੋਚਿਆ ਕਿ ਜਲਦੀ ਤੋਂ ਜਲਦੀ ਜਿਹੜੀਆਂ ਹੈ ਇਹ ਗੱਲਾਂ ਜਿਹੜੀਆਂ ਨੇ ਸੰਗਤਾਂ ਤੱਕ ਪਹੁੰਚਾਉਣੀਆਂ ਜ਼ਰੂਰੀ ਨੇ, ਕਿਉਂਕਿ ਅਖੀਰ ਤੇ ਜਿਹੜਾ ਹੈ ਕੰਮ ਕਰਨਾ ਹੈ ਉਹ ਸੰਗਤਾਂ ਨੇ ਹੀ ਕਰਨਾ ਹੈ, ਤੇ ਅਖੀਰ ਦੇ ਵਿੱਚ ਤੁਹਾਡੇ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਭਾਈ ਮਸਕੀਨ ਸਿੰਘ ਜੀ, ਜੋ ਕਿ ਭਾਈ ਨਿਰਮਲ ਸਿੰਘ ਖਾਲਸਾ ਹੋਣਾ ਦੇ ਸਪੁੱਤਰ ਨੇ, ਅਮਰੀਕਾ ਦੇ ਵਿੱਚ ਨੇ, ਤੇ ਜਿਵੇਂ ਕਿ ਸਾਰੀ ਗੱਲਬਾਤ ਜਿਹੜੀ ਇਹਨਾਂ ਦੇ ਨਾਲ ਦਰਸ਼ਕਾਂ ਨੇ ਸੁਣੀ ਹੈਗੀ ਆ, ਤੁਸੀਂ ਸਾਰੀ ਗੱਲਬਾਤ ਜਿਹੜੀ ਦੇਖੀ ਹੈਗੀ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਭਾਈ ਸਾਹਿਬ ਨੂੰ ਆਡੀਓ ਜਿਹੜੀ ਹੈ ਕੁਛ ਘੰਟੇ ਪਹਿਲਾਂ ਹੀ ਜਿਹੜੀ ਵਾਇਰਲ ਹੁੰਦੀ ਹੈ ਅਕਾਲ ਚੈਨਲ ਤੇ, ਤੁਸੀਂ ਉਹ ਵੀ ਦੇਖੀ ਹੈ ਪ੍ਰੋਗਰਾਮ ਦੇ ਅਖੀਰ ਤੇ, ਤੁਹਾਨੂੰ ਉਹ ਆਡੀਓ ਵੀ ਜਿਹੜੀ ਅਸੀਂ ਸੁਣਾ ਦਿੰਦੇ ਹਾਂ ਕਿ ਅੰਦਰੋਂ ਭਾਈ ਸਾਹਿਬ ਕਿੱਦਾਂ ਆਪਣਾ ਜਿਹੜਾ ਦਰਦ ਹੈ ਉਹ ਬਿਆਨ ਕਰ ਰਹੇ ਨੇ, ਵਾਰ ਵਾਰ ਜਿਹੜੇ ਡਾਕਟਰ ਨੇ ਉਹ ਉਹਨਾਂ ਨੂੰ ਕੀ ਕਹਿ ਰਹੇ ਨੇ ਕਿ 4 ਘੰਟੇ ਤੱਕ ਜਿਹੜਾ ਹੈ ਕਿਸੇ ਨੇ ਦੇਖਿਆ ਹੀ ਨਹੀਂ ਹੈਗਾ, 4 ਘੰਟੇ ਤੱਕ ਕੋਈ ਉਹਨਾਂ ਦੇ ਸਾਰ ਲੈਣ ਹੀ ਨਹੀਂ ਗਿਆ ਹੈਗਾ, ਤੇ ਇੱਥੇ ਜ਼ਿੰਮੇਵਾਰੀ ਇੱਕ ਵਾਰੀ ਫਿਰ ਅਸੀਂ ਕਵਾਂਗੇ ਕਿ ਇੱਥੇ ਵੱਡੇ ਲੈਵਲ ਦੀ ਇਨਕੁਆਇਰੀ ਦੀ ਲੋੜ ਹੈਗੀ ਆ, ਜਿਹੜੇ ਜਿਹੜੇ ਲੋਕ ਇਸ ਦੇ ਵਿੱਚ ਇਨਵੋਲਵ ਹੈਗੇ ਨੇ ਇਹ ਵੀ ਸਾਬਤ ਕੀਤਾ ਜਾਵੇ ਕਿ ਭਾਈ ਸਾਹਿਬ ਨੂੰ ਕੋਰੋਨਾ ਹੈਗਾ ਸੀ ਜਾਂ ਨਹੀਂ ਸੀ ਹੈਗਾ, ਕਿਉਂਕਿ ਜੇ 1 ਦਿਨ ਪਹਿਲਾਂ ਨਹੀਂ ਸੀ ਜਿਵੇਂ ਕਿ ਵੀਰ ਨੇ ਦੱਸਿਆ ਤੇ ਦੁਬਾਰਾ ਕਿੱਦਾਂ ਕੋਰੋਨਾ ਹੋ ਗਿਆ, ਤੇ ਅਸੀਂ ਇਹੀ ਕਵਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚਾਹੀਦਾ ਕਿ ਇਸ ਦੇ ਵਿੱਚ ਪੂਰਾ ਇੰਟਰਫੇਅਰ ਕਰਨ ਤੇ ਜ਼ਰੂਰ ਇਸ ਦੇ ਵਿੱਚ ਕੋਈ ਨਾ ਕੋਈ ਜਾਂਚ ਕਰਨ। ਤੁਸੀਂ ਦੇਖ ਰਹੇ ਸੀ ਅਕਾਲ ਚੈਨਲ ਤੇ ਅਖੀਰ ਦੇ ਵਿੱਚ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਲਾਈਨ ਪੇ ਰਹਿ ਨਾ। ਹਾਂਜੀ ਹਾਂ, ਠੀਕ ਚੰਦ ਮਿੰਟ ਦਾ ਮਹਿਮਾਨ ਆ ਦੁਬਈ ਤੋਂ ਵੀ, ਹਲੇ ਸ਼ੁਰੂ ਕੀਤੀ ਇਹਨਾਂ ਨੇ, ਤੁਸੀਂ ਨਾ ਏਦਾਂ ਕਰੋ, ਤੁਸੀਂ ਠੀਕ ਹੋ ਜਾਣਾ ਵਾ ਡੈਡੀ, ਤੁਸੀਂ ਠੀਕ ਹੋ ਕੇ ਆਉਣਾ ਵਾ। ਹੈਲੋ ਹੈਲੋ ਡੈਡੀ, ਤੁਸੀਂ ਠੀਕ ਹੋ ਜਾਣਾ ਡੈਡੀ ਜੀ, ਨਾ ਟੈਨਸ਼ਨ ਲਵੋ, ਲਵ ਯੂ ਡੈਡੀ ਜੀ, ਤੁਸੀਂ ਠੀਕ ਹੋ ਜਾਣਾ ਵਾ। ਲੱਗੇ ਵਗਦੀ ਆ ਮੇਰੇ, ਦਵਾਈ ਨਹੀਂ ਮਿਲ ਰਹੀ ਪ੍ਰੋਪਰ, ਬਿਲਕੁਲ 4 ਘੰਟੇ ਹੋ ਗਏ ਹੁਣ ਤੱਕ ਹੀ ਡੈਡੀ ਜੀ। ਠੀਕ ਹੋ ਜਾਣਾ ਡੈਡੀ ਜੀ, ਤੁਸੀਂ ਬੋਪਾ ਰਾਏ ਨਾਲ ਗੱਲ ਕੀਤੀ ਕੀਤੀ ਡੈਡੀ ਜੀ, ਬੋਪਾ ਰਾਏ ਨਾਲ ਗੱਲ ਕਹਿੰਦੇ, ਕੋਈ ਗੱਲ ਨਹੀਂ ਮੈਂ ਫੋਨ ਕਰਤਾ, ਸਭ ਟ੍ਰੀਟਮੈਂਟ ਇੱਥੇ ਹੋ ਰਿਹਾ ਵਾ। ਤੁਸੀਂ ਨਾ ਟੈਂਸ਼ਨ ਲਓ, ਸਹੀ ਹੋ ਜਾਣਾ ਵਾ। ਤੁਹਾਨੂੰ ਮਿਲਣ ਕਿਉਂ ਨਹੀਂ ਮਿਲਦੇ ਮੈਨੂੰ? ਹਾਂਜੀ ਹਾਂਜੀ, ਮਿਲਣ ਕਿਉਂ ਨਹੀਂ ਮਿਲਦੇ ਡੈਡੀ? ਦੇਣਗੇ ਮੈਡੀਸਨ, ਮੈਂ ਕਿਹਾ ਇਹਨਾਂ ਨੂੰ ਦੇਣਗੇ ਮੈਡੀਸਨ।
ਟ੍ਰੀਟਮੈਂਟ ਸ਼ੁਰੂ ਕਰੋ, ਕਹਿੰਦੇ ਉਦੋਂ ਉਸ ਤੋਂ ਬਾਅਦ ਮਿਲ ਦੇਵਾਂਗੇ ਅਸੀਂ, ਇੱਦਾਂ ਨਹੀਂ ਮਿਲ ਲੈਣਾ ਅਜੇ। ਹੈਲੋ, ਹਾਂਜੀ ਡੈਡ ਜੀ, ਤੁਸੀਂ ਫਿਕਰ ਨਾ ਕਰੋ, ਤੁਸੀਂ ਠੀਕ ਹੋ ਜਾਣਾ ਡੈਡ ਜੀ, ਲਵ ਯੂ, ਆਪਾਂ ਤੁਹਾਡੀ ਵੇਟ ਕਰ ਰਹੇ ਬਾਹਰ ਡੈਡ ਜੀ। ਨਹੀਂ ਮੁਸ਼ਕਿਲ ਆ ਮੇਰਾ, ਨਹੀਂ ਡੈਡ ਜੀ ਕੁਛ ਨਹੀਂ, ਤੁਹਾਨੂੰ ਹੁਣ ਐਵੇਂ ਨਾ ਦਿਲ ਛੱਡਿਆ ਕਰੋ। ਹੈਲੋ, ਪਾਪਾ ਜੀ ਨਾਲ ਗੱਲ ਕਰੋ। ਹਾਂ ਪੁੱਤਰ, ਪੁੱਤਰ ਫਿਕਰ ਨਾ ਕਰ, ਸਾਰੇ ਇਕੱਠੇ ਹੋਵਾਂਗੇ ਫੇਰ ਉਸੇ ਤਰ੍ਹਾਂ ਅਸਾਂ ਖੇਡਾਂਗੇ। ਪ੍ਰੋਪਰ ਇਲਾਜ ਨਹੀਂ ਹੋ ਰਿਹਾ। ਹਾਂਜੀ, ਪ੍ਰੋਪਰ ਇਲਾਜ ਨਹੀਂ ਹੋ ਰਿਹਾ। ਪ੍ਰੋਪਰ ਇਲਾਜ ਡੈਡ ਜੀ ਹੋ ਰਿਹਾ, ਕੋਈ ਨਾ ਮੈਂ ਕਹਿੰਦਾ ਇਹਨਾਂ ਨੂੰ, ਫਿਰ ਮੈਂ ਹੁਣੇ ਫੋਨ ਕਰਦਾ ਡੈਡ ਜੀ, ਮੇਰੇ ਡਾਕਟਰ ਨਾਲ ਗੱਲ ਕਰਾਓ ਇੱਥੇ। ਹਾਂਜੀ ਦੱਸੋ ਡਾਕਟਰ ਸਾਹਿਬ, ਇਹ ਕਹਿ ਰਹੇ ਕਿ 4 ਘੰਟੇ ਸੇ ਇਨਕੋ ਕੋਈ ਟ੍ਰੀਟਮੈਂਟ ਨਹੀਂ ਦਿਆ ਆਪਨੇ। ਵੋ ਮੈਂ ਬਤਾਇਆ ਨਾ ਅਭੀ ਇੰਟੂਬੇਸ਼ਨ ਕਰਨੇ ਲੱਗਾ। ਨਹੀਂ ਨਹੀਂ, ਬਹੁਤ 4 ਘੰਟੇ ਹੋ ਗਏ ਆਪਕੋ ਯਹਾਂ ਪਰ ਲੈ ਕੇ ਗਏ ਨਾ, 4 ਘੰਟੇ ਸੇ ਕਿਉਂ ਟ੍ਰੀਟਮੈਂਟ ਕਿਉਂ ਨਹੀਂ ਕੀਆ 4 ਘੰਟੇ ਸਾਹਿਬ? ਭਾਜੀ ਆਪਕੇ ਸਾਹਮਣੇ ਟ੍ਰੀਟਮੈਂਟ ਦੇ ਨਾ, ਬਾਅਦ ਮੈਂ ਨਈ ਡੋਸ ਮਿਲਤਾ ਹੈ ਨਾ, ਵੋ ਤੋ ਸਿਸਟਰ ਦੇ ਦਿਆ ਅਭੀ। ਨਹੀਂ ਨਹੀਂ, ਯੇ ਗਲਤ ਬਾਤ ਜੀ ਆਪਕੀ, ਯੇ ਬਹੁਤ ਗਲਤ। ਆਪਕੋ ਪਤਾ ਵੀ ਚਲ ਗਿਆ ਕਿ ਯੇ ਪੋਜ਼ਿਟਿਵ ਹੈ, ਤੋ ਆਪਨੇ ਟ੍ਰੀਟਮੈਂਟ ਕਿਉਂ ਨਹੀਂ ਕੀਆ? ਭਾਜੀ ਵੋ ਤੋ ਟ੍ਰੀਟਮੈਂਟ ਆਲਰੇਡੀ ਚੱਲ ਰਿਹਾ ਹੈ ਉਸਕਾ। ਨਹੀਂ ਅਭੀ ਯਹਾਂ ਸੇ, ਆਪ ਯਹਾਂ ਸੇ ਮੂਵ ਕੀਆ ਤੋ ਤਬ ਸੇ ਟ੍ਰੀਟਮੈਂਟ ਚੱਲ ਰਹਾ ਹੈ ਇਨਕਾ? ਹਾਂ ਮੈਂ ਬਤਾ ਰਹੀ ਹੂੰ ਨਾ ਆਪਕੋ, ਪਹਿਲੇ ਵੀ ਚੱਲ ਰਿਹਾ ਉਸਕਾ। ਨਹੀਂ ਪਹਿਲੇ ਤੋ ਚੱਲ ਰਿਹਾ ਥਾ, ਉਸਕੇ ਜਬ ਇਸ ਰੂਮ ਸੇ ਵਹਾਂ ਪਰ ਸ਼ਿਫਟ ਕੀਆ ਤਬ ਸੇ ਕੋਈ ਟ੍ਰੀਟਮੈਂਟ ਦਿਆ ਆਪਨੇ ਉਨਕੋ? ਦੇ ਦਿਆ ਅਭੀ ਟ੍ਰੀਟਮੈਂਟ। ਵੋ ਤੋ ਕਹਿ ਰਹੇ ਕੁਛ ਨਹੀਂ ਦਿਆ। ਸਭ ਤੋਂ ਵਧੀਆ ਟ੍ਰੀਟਮੈਂਟ ਇੱਥੇ ਹੋਣਾ ਵਾ, ਤੁਸੀਂ ਹੋ ਜਾਣਾ ਠੀਕ, ਟੈਨਸ਼ਨ ਨਾ ਲਓ। ਮੈਨੂੰ ਮੈਂ ਤੇ ਮੈਨੂੰ ਨਾ ਰਾਤ ਨੂੰ ਦਵਾਈ ਤੇ ਮੈਂ ਖੁਦ ਕੁਸ਼ੀ ਕਰ ਲੈਣਾ। ਠੀਕ ਹੋ ਜਾਣਾ ਡੈਡ ਜੀ, ਨਾ ਟੈਨਸ਼ਨ ਲਵੋ, ਲਵ ਯੂ ਡੈਡ ਜੀ, ਤੁਸੀਂ ਠੀਕ ਹੋ ਜਾਣਾ ਵਾ। ਦਵਾਈ ਨੀ ਮਿਲ ਰਹੀ ਪ੍ਰੋਪਰ ਬਿਲਕੁਲ, 4 ਘੰਟੇ ਹੋ ਗਏ ਹੁਣ ਤੱਕ। ਡੈਡ ਜੀ ਠੀਕ ਹੋ ਰਹੇ ਡੈਡ ਜੀ? ਤੁਸੀਂ ਬੋਪਰੇ ਨਾਲ ਗੱਲ ਕੀਤੀ ਡੈਡ ਜੀ? ਬੋਪਰੇ ਨਾਲ ਗੱਲ ਕਹਿੰਦੀ, ਕੋਈ ਗੱਲ ਨਹੀਂ ਮੈਂ ਫੋਨ ਕਰਤਾ, ਸਭ ਟ੍ਰੀਟਮੈਂਟ ਤੇ ਹੋ ਰਿਹਾ ਵਾ। ਕੋਈ ਨਹੀਂ, ਤੁੰਦਾ ਦਵਾਈ ਬੇਟੇ, ਦਵਾਈ ਨਹੀਂ ਦੇ ਰਿਹਾ ਮੈਨੂੰ। ਕਿਉਂ ਨਹੀਂ ਦਵਾਈ ਦੇ ਰਿਹਾ ਬੇਟੇ? 4 ਘੰਟੇ ਦਾ ਅੰਦਰ ਆਇਆ ਕੋਈ ਡੈਡ ਜੀ, ਹੋ ਜਾਣਾ ਸਹੀ ਡੈਡ ਜੀ, ਤੁਸੀਂ ਨਾ ਟੈਨਸ਼ਨ ਲਓ, ਸਹੀ ਹੋ ਜਾਣਾ ਵਾ। ਟ੍ਰੀਟਮੈਂਟ ਸ਼ੁਰੂ ਕਰੋ, ਕਹਿੰਦੇ ਉਦੋਂ ਉਸ ਤੋਂ ਬਾਅਦ ਮਿਲ ਦੇਵਾਂਗੇ ਅਸੀਂ, ਇੱਦਾਂ ਨਹੀਂ ਮਿਲ ਲੈਣਾ ਅਜੇ। ਹੈਲੋ, ਹਾਂਜੀ ਡੈਡ ਜੀ, ਤੁਸੀਂ ਫਿਕਰ ਨਾ ਕਰੋ, ਠੀਕ ਹੋ ਜਾਣਾ ਡੈਡ ਜੀ, ਲਵ ਯੂ, ਆਪਾਂ ਤੁਹਾਡੀ ਵੇਟ ਕਰ ਰਹੇ ਬਾਹਰ ਡੈਡ ਜੀ। ਨਹੀਂ ਮੁਸ਼ਕਿਲ ਆ ਮੇਰਾ। ਨਹੀਂ ਡੈਡ ਜੀ ਕੁਛ ਨਹੀਂ, ਤੁਹਾਨੂੰ ਹੁਣ ਐਵੇਂ ਨਾ ਦਿਲ ਛੱਡਿਆ ਕਰੋ। ਹੈਲੋ, ਪਾਪਾ ਜੀ ਨਾਲ ਗੱਲ ਕਰੋ। ਹਾਂ ਪੁੱਤਰ, ਪੁੱਤਰ ਫਿਕਰ ਨਾ ਕਰ, ਵਾਹਿਗੁਰੂ ਵਾਹਿਗੁਰੂ ਬੋਲ, ਵਾਹਿਗੁਰੂ ਬੋਲ।
ਸਾਰੇ ਇਕੱਠੇ ਹੋਵਾਂਗੇ ਫਿਰ ਉਸੇ ਤਰ੍ਹਾਂ ਹੀ ਅਸਾਂ ਖੇਡਾਂਗੇ ਜਿਹਨੂੰ ਰਿਵਾਜ ਦੀ ਪ੍ਰੋਪਰ ਇਲਾਜ ਵੀ ਹੋ ਰਿਹਾ ਹਾਂਜੀ ਪ੍ਰੋਪਰ ਇਲਾਜ ਵੀ ਹੋ ਰਿਹਾ ਪ੍ਰੋਪਰ ਇਲਾਜ ਡੇਢ ਜੀ ਹੋ ਰਿਹਾ ਕੋਈ ਨੀ ਮੈਂ ਕਹਿੰਦਾ ਇਹਨਾਂ ਨੂੰ ਫਿਰ ਮੈਂ ਹੁਣੇ ਫੋਨ ਕਰਦਾ ਡੇਢ ਜੀ ਮੇਰੇ ਡਾਕਟਰ ਨਾਲ ਗੱਲ ਕਰਾਓ ਇੱਥੇ ਹਾਂਜੀ ਦੱਸੋ ਡਾਕਟਰ ਸਾਹਿਬ ਜੇ ਕਹਿ ਰਹੇ ਕਿ 4 ਘੰਟੇ ਸੇ ਇਨਕੋ ਕੋਈ ਟ੍ਰੀਟਮੈਂਟ ਨਹੀਂ ਦਿਆ ਆਪਨੇ ਵੋ ਮੈਂ ਬਤਾਇਆ ਨਾ ਅਭੀ ਇੰਟੂਬੇਸ਼ਨ ਕਰਨੇ ਲੱਗਾ ਨਹੀਂ ਨਹੀਂ ਵੋ 4 ਘੰਟੇ ਹੋ ਗਏ ਆਪਕੋ ਯਹਾਂ ਪਰ ਲੈ ਕੇ ਗਏ ਨਾ 4 ਘੰਟੇ ਸੇ ਕਿਉਂ ਟ੍ਰੀਟਮੈਂਟ ਕਿਉਂ ਨਹੀਂ ਕੀਆ 4 ਘੰਟੇ ਸੇ ਆਪਨੇ ਭਾਜੀ ਆਪਕੇ ਸਾਹਮਣੇ ਟ੍ਰੀਟਮੈਂਟ ਦੇ ਨਾ ਬਾਅਦ ਮੈਂ ਨਾਈਟ ਡੋਸ ਮਿਲਤਾ ਹੈ ਨਾ ਵੋ ਤੋ ਸਿਸਟਰ ਦੇ ਦਿਆ ਅਭੀ ਨਹੀਂ ਨਹੀਂ ਜੇ ਗਲਤ ਬਾਜੀ ਆਪਕੀ ਜੇ ਬਹੁਤ ਗਲਤ ਆਪਕੋ ਪਤਾ ਵੀ ਚਲ ਗਿਆ ਕਿ ਜੇ ਪੋਜ਼ਿਟਿਵ ਹੈ ਤੋ ਆਪਨੇ ਟ੍ਰੀਟਮੈਂਟ ਕਿਉਂ ਨਹੀਂ ਕੀਆ ਭਾਜੀ ਵੋ ਤੋ ਟ੍ਰੀਟਮੈਂਟ ਆਲਰੇਡੀ ਚੱਲ ਰਿਹਾ ਹੈ ਉਸਕਾ ਨਹੀਂ ਅਭੀ ਯਹਾਂ ਸੇ ਆਪ ਯਹਾਂ ਸੇ ਮੂਵ ਕੀਆ ਤੋ ਤਬ ਸੇ ਟ੍ਰੀਟਮੈਂਟ ਚੱਲ ਰਿਹਾ ਹੈ ਇਨਕਾ हाँ मैं बता रही हूँ ना आपको पहले भी चल रहा है उसका नहीं पहले तो चल रहा था उसके जब इस रूम से वहां पर शिफ्ट किया तब से कोई ट्रीटमेंट दिया आपने उनको दे दिया अभी ट्रीटमेंट वो तो कह रहे कुछ नहीं दिया तो सिस्टर से पूछ लो अभी आके बापू जी के इलाज करने के लिए मैं बताया ना आपको इधर नहीं करना बोला ओटी जाना है बोला नहीं तो वो तो बोलते ना कि वहां पर ओटी में जाना लेकिन आपने ट्रीटमेंट तो किया ना अकाल चैनल नू सब्सक्राइब करो नवी वीडियोस दी नोटिफिकेशन दे ले बेल आइकन नू क्लिक करना ना भूलना।